ਯੈਸ ਸਟੂਡੈਂਟਸ, ਵੈਲਕਮ ਟੂ ਬੰਸਲ ਅਕੈਡਮੀ। ਹਾਂਜੀ ਬੇਟਾ, ਆਪਾਂ ਡਿਸਕਸ ਕਰ ਰਹੇ ਹਾਂ ਦਿੱਲੀ ਸਲਤਨਤ, ਅਤੇ ਇਸ ਤੋਂ ਪਹਿਲਾਂ ਆਪਣੀ ਕਲਾਸ ਦੇ ਵਿੱਚ ਆਪਾਂ ਦਿੱਲੀ ਸਲਤਨਤ ਕਦੋਂ ਸ਼ੁਰੂ ਹੋਈ, ਕਿਵੇਂ ਉਹਦੇ ਵਿੱਚ ਕਿੰਨੀਆਂ ਡਾਇਨੈਸਟੀਜ਼ ਸੀਗੀਆਂ, ਸਾਰਾ ਕੁਛ ਬੇਟਾ ਆਪਾਂ ਜਿਹੜਾ ਡਿਸਕਸ ਕਰ ਲਿਆ ਸੀਗਾ। ਅਤੇ ਫਸਟ ਕਲਾਸ ਦੇ ਵਿੱਚ ਬੇਟਾ ਆਪਾਂ ਸਲੇਵ ਡਾਇਨੈਸਟੀ ਡਿਸਕਸ ਕਰ ਰਹੇ ਸੀਗੇ, ਤਾਂ ਬੇਟਾ ਉਸ ਤੋਂ ਹੀ ਅੱਗੇ ਆਪਾਂ ਕੰਟੀਨਿਊ ਕਰਾਂਗੇ। ਤਾਂ ਬੇਟਾ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ, ਜਿਹੜੀ ਆਪਣੀ ਇਹ ਕਲਾਸ ਰਹੂਗੀ ਤਾਂ ਬੇਟਾ ਖਾਸ ਤੌਰ ਤੇ ਜਿਵੇਂ ਆਪਾਂ ਗੱਲ ਕਰੀਏ PGT ਹਿਸਟਰੀ, TGT ਹਿਸਟਰੀ, ਹਰ ਇੱਕ ਦੇ ਲਈ ਬੇਟਾ ਇਹ ਬਹੁਤ ਇੰਪੋਰਟੈਂਟ ਕਲਾਸ ਹੈ। ਤੇ ਦਿੱਲੀ ਸਲਤਨਤ ਇੱਕ ਐਸਾ ਟੌਪਿਕ ਹੈ, ਤੁਸੀਂ ਕੋਈ ਵੀ ਐਗਜ਼ਾਮ PGT TGT ਦਾ ਬੇਟਾ ਕਿਸੇ ਵੀ ਸਾਲ ਦਾ ਪੇਪਰ ਚੱਕ ਕੇ ਦੇਖ ਲਓ, ਤੁਹਾਨੂੰ ਇੱਕ ਵੀ ਪੇਪਰ ਇਹੋ ਜਿਹਾ ਨਹੀਂ ਹੋਏਗਾ ਜਿਸ ਦੇ ਵਿੱਚ ਉਹ ਦਿੱਲੀ ਸਲਤਨਤ ਚੋਂ ਕੁਐਸਚਨ ਨਾ ਆਏ ਹੋ। ਤਾਂ ਬੇਟਾ ਦਿੱਲੀ ਸਲਤਨਤ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਟੌਪਿਕ ਬਣਦਾ ਹੈ। ਤਾਂ ਬੇਟਾ ਆਪਾਂ ਸਭ ਤੋਂ ਪਹਿਲਾਂ, ਹਾਂਜੀ ਦੇਖੋ, ਦਿੱਲੀ ਸਲਤਨਤ ਬੇਟਾ ਆਪਾਂ ਡਿਸਕਸ ਕਰ ਰਹੇ ਸੀਗੇ, ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਬੇਟਾ ਫਸਟ ਜਿਹੜੀ ਹੈ ਸਲੇਵ ਡਾਇਨੈਸਟੀ ਆਪਾਂ ਇਹ ਹੀ ਡਿਸਕਸ ਕਰ ਰਹੇ ਸੀਗੇ, ਸਲੇਵ ਡਾਇਨੈਸਟੀ। ਤਾਂ ਬੇਟਾ ਦਿੱਲੀ ਸਲਤਨਤ ਦਾ ਜੇ ਆਪਾਂ ਟਾਈਮ ਪੀਰੀਅਡ ਬੇਟਾ 1206 ਤੋਂ ਲੈ ਕੇ ਤਕਰੀਬਨ ਤੁਸੀਂ ਬੇਟਾ 1526 ਤੱਕ, ਠੀਕ ਹੈ ਜੀ। ਹੁਣ ਬੇਟਾ ਜਿਹੜਾ ਇਹਦੇ ਵਿੱਚ ਸਲੇਵ ਡਾਇਨੈਸਟੀ ਹੈ, ਸਲੇਵ ਡਾਇਨੈਸਟੀ ਦਾ ਟਾਈਮ ਪੀਰੀਅਡ 1206 ਟੂ ਬੇਟਾ 1290 ਤੱਕ। ਤਾਂ ਬੇਟਾ 1206 ਤੋਂ ਲੈ ਕੇ 1290 ਤੱਕ ਬੇਟਾ ਇਹਦਾ ਟਾਈਮ ਪੀਰੀਅਡ ਸੀਗਾ। ਤੇ ਆਪਾਂ ਜਿਹੜੀ ਲਾਸਟ ਆਪਣੀ ਕਲਾਸ ਸੀ, ਤਾਂ ਬੇਟਾ ਉਹਦੇ ਵਿੱਚ ਕੁਤਬਦੀਨ ਐਬਕ ਜਿਹਦਾ 1206 ਤੋਂ ਬੇਟਾ 1210 ਤੱਕ, ਠੀਕ ਹੈ ਜੀ। ਉਸ ਤੋਂ ਬਾਅਦ ਬੇਟਾ ਆਰਾਮ ਸ਼ਾਹ 1210 ਤੋਂ 1211 ਤੱਕ, ਠੀਕ ਹੈ ਜੀ। ਦੈਨ ਅੱਗੇ ਬੇਟਾ ਇਲਤੁਤਮਿਸ਼, ਹੁਣ ਜਿਹੜਾ ਇਲਤੁਤਮਿਸ਼ ਜਿਹੜਾ 1211 ਤੋਂ ਲੈ ਕੇ ਤਕਰੀਬਨ ਬੇਟਾ 1236 ਤੱਕ, ਇੱਥੇ ਤੱਕ ਬੇਟਾ ਆਪਾਂ ਡਿਸਕਸ ਕਰ ਚੁੱਕੇ ਸੀਗੇ। ਤਾਂ ਇਹ ਬੇਟਾ ਆਪਣੀ ਲਾਸਟ ਸਲਾਈਡ ਸੀਗੀ ਇਲਤੁਤਮਿਸ਼ ਤੱਕ, ਇੱਥੇ ਤੱਕ ਆਪਾਂ ਡਿਸਕਸ ਕਰਿਆ ਸੀ ਲਾਸਟ ਕਲਾਸ ਦੇ ਵਿੱਚ। ਹੁਣ ਦੇਖੋ ਕੁਛ ਕੁਐਸਚਨ ਬੇਟਾ, ਜਿਵੇਂ ਮੈਂ ਜੇ ਆਪਾਂ ਲਿੰਕ ਜੋੜੀਏ ਬੇਟਾ, ਜਿਹੜਾ ਇਲਤੁਤ ਤੇ ਕੁਤਬਦੀਨ ਐਬਕ ਹੈ, ਕੁਤਬਦੀਨ ਐਬਕ ਬੇਟਾ ਇਸ ਸਲਤਨਤ ਦਾ ਫਾਊਂਡਰ, ਠੀਕ ਹੈ ਜੀ। ਪਰ ਇਸਦੇ ਸਮੇਂ ਜਿਹੜਾ ਇਹਦੀ ਕੈਪੀਟਲ ਸੀਗੀ ਉਹ ਲਾਹੌਰ ਸੀਗੀ, ਠੀਕ ਹੈ ਜੀ। ਇਹਨੇ ਦਿੱਲੀ ਨੂੰ ਕੈਪੀਟਲ ਨਹੀਂ ਬਣਾਇਆ, ਇਸਨੇ ਇੱਕ ਤਾਂ ਲਾਹੌਰ ਨੂੰ ਕੈਪੀਟਲ ਬਣਾਇਆ ਬੇਟਾ, ਦੋ ਇਸਨੇ ਮਸਜਿਦਾਂ ਕਵੈਤੁਲ ਇਸਲਾਮ ਤੇ ਢਾਈ ਦਿਨ ਕਾ ਚੋਪੜਾ ਬਣਾਈਆਂ, ਤੇ ਨਾਲ ਦੀ ਨਾਲ ਹੀ ਬੇਟਾ ਇਸਨੇ ਕੁਤਬ ਮੀਨਾਰ ਦਾ ਨਿਰਮਾਣ ਖਵਾਜਾ ਬਖਤਿਆਰ ਕਾਕੀ ਦੀ ਬੇਟਾ ਯਾਦ ਦੇ ਵਿੱਚ ਜਾਂ ਉਹਨਾਂ ਨੂੰ ਸ਼ਰਧਾ ਭੇਟ ਕਰਨ ਦੇ ਲਈ ਬੇਟਾ ਇਸਨੇ ਬਣਾਇਆ। ਤੇ ਨਾਲ ਦੀ ਨਾਲ ਬੇਟਾ ਉਸ ਤੋਂ ਕੰਮ ਕੀ ਲਿਆ ਜਾਂਦਾ ਸੀਗਾ, ਇੱਕ ਤਰ੍ਹਾਂ ਜਦੋਂ ਰਮਜ਼ਾਨ ਦੇ ਮਹੀਨੇ ਹੁੰਦੇ ਆ ਉੱਥੋਂ ਬੇਟਾ ਵੀ ਜਦੋਂ ਰੋਜੇ ਰੱਖੇ ਜਾਂਦੇ ਨੇ ਬੇਟਾ ਉੱਥੋਂ ਇੱਕ ਤਰ੍ਹਾਂ ਬਾਂਗ ਦੇਣ ਲਈ ਉੱਥੋਂ ਖੜ ਕੇ ਆਵਾਜ਼ ਲਾਈ ਜਾਂਦੀ ਸੀ, ਕਿਉਂਕਿ ਹਾਈਟ ਤੋਂ ਬੇਟਾ ਆਵਾਜ਼ ਦੂਰ ਤੱਕ ਜਾਂਦੀ ਹੈ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਬੇਟਾ ਇਹਦੀ 1210 ਦੇ ਵਿੱਚ ਜਿਹੜੀ ਬੇਟਾ 1210 ਹਾਂਜੀ 1210 ਦੇ ਵਿੱਚ ਬੇਟਾ ਇਸਦੀ ਡੈਥ ਹੋਈ ਹੈ। 1210 ਦੇ ਵਿੱਚ ਇਹਦੀ ਡੈਥ ਪੋਲੋ ਖੇਡਦੇ ਸਮੇਂ ਹੋ ਗਈ ਸੀ, ਪੋਲੋ ਜਿਹਨੂੰ ਚੋਗਾਨ ਵੀ ਕਿਹਾ ਜਾਂਦਾ, ਠੀਕ ਹੈ ਜੀ। ਤਾਂ ਬੇਟਾ ਉਦੋਂ ਇਹਦੀ ਡੈਥ ਹੋਈ, ਤੇ 1210 ਦੇ ਵਿੱਚ ਕੌਣ ਬਣਿਆ ਬੇਟਾ ਆਰਾਮ ਸ਼ਾਹ। ਆਰਾਮ ਸ਼ਾਹ ਨੂੰ 1211 ਦੇ ਵਿੱਚ ਇਲਤੁਤਮਿਸ਼ ਨੇ ਜੜ ਨਾਂ ਦੇ ਥਾਂ ਦੇ ਉੱਤੇ ਹਰਾਇਆ ਤੇ ਕਿੰਗ ਬਣ ਗਿਆ। ਹੁਣ ਇਲਤੁਤਮਿਸ਼ ਇਸ ਦਾ ਆਪਾਂ ਰੀਅਲ ਫਾਊਂਡਰ ਮੰਨਦੇ ਹਾਂ ਬੇਟਾ, ਜਿਵੇਂ ਲਾਸਟ ਕਲਾਸ ਦੇ ਵਿੱਚ ਵੀ ਤੁਹਾਨੂੰ ਦੱਸਿਆ ਸੀ ਰੀਅਲ ਫਾਊਂਡਰ। ਹੁਣ ਰੀਅਲ ਫਾਊਂਡਰ ਕਿਉਂ ਬੇਟਾ, ਇਸਨੇ ਪਹਿਲੀ ਵਾਰੀ ਤਾਂ ਇੱਕ ਤਾਂ ਦਿੱਲੀ ਨੂੰ ਕੈਪੀਟਲ ਬਣਾਇਆ ਸੀ, ਫਿਰ ਉਸ ਤੋਂ ਬਾਅਦ ਬੇਟਾ ਇਸਨੇ ਦੋ ਕਰੰਸੀ ਜਿਵੇਂ ਇੱਕ ਟੰਕਾ ਇੱਕ ਜਿੱਤਲ
ਇੱਕ ਟਾਂਕਾ ਤੇ ਇੱਕ ਜਿੱਤਰ। ਹੁਣ ਟਾਂਕਾ ਬੇਟਾ ਜਿਹੜਾ ਸਿਲਵਰ ਦਾ ਕੁਆਇਨ ਹੈ ਤੇ ਜਿੱਤਰ ਜਿਹੜਾ ਹੈ ਕਾਪਰ ਦਾ ਕੁਆਇਨ ਹੈ, ਠੀਕ ਹੈ। ਇਹ ਦੋਨੋਂ ਸ਼ੁਰੂ ਕੀਤੇ ਨਾਲ ਦੀ ਨਾਲ ਬੇਟਾ, ਇਸਨੇ ਇੱਕ ਤਾਂ ਆਪਣੇ ਕੋਲ ਆ ਹੁਣ ਰਜ਼ੀਆ ਸੁਲਤਾਨ। ਆਪਣੇ ਇੰਪੋਰਟੈਂਟ ਹੈ ਬੇਟਾ 1236 ਤੋਂ ਲੈ ਕੇ 1240 ਤੱਕ ਦਾ ਟਾਈਮ ਪੀਰੀਅਡ, ਇਹ 4 ਸਾਲ ਤੱਕ ਰਹੀ ਹੈ। ਹੁਣ ਬੇਟਾ ਜਿਹੜਾ ਇਲਤੁਤਮਿਸ਼ ਸੀ, ਇਲਤੁਤਮਿਸ਼ ਦੇ 4 ਬੇਟੇ ਸੀ ਤੇ 1 ਬੇਟੀ ਸੀ, ਪਰ ਇਲਤੁਤਮਿਸ਼ ਨੇ ਆਪਣੇ ਚਾਰੋਂ ਬੇਟਿਆਂ ਨੂੰ ਪਾਸੇ ਕਰਕੇ ਆਪਣੀ ਬੇਟੀ ਰਜ਼ੀਆ ਨੂੰ ਬੇਟਾ ਉਸਨੇ ਜਿਹੜਾ ਆਪਣਾ ਸਕਸੈਸਰ ਅਪੁਆਇੰਟ ਕੀਤਾ। ਤਾਂ ਰਜ਼ੀਆ ਨੂੰ ਬੇਟਾ ਉਸਨੇ ਆਪਣਾ ਜਿਹੜਾ ਸਕਸੈਸਰ ਅਪੁਆਇੰਟ ਕੀਤਾ, ਉਹਨੇ 1236 ਤੋਂ ਲੈ ਕੇ 1240 ਤੱਕ ਬੇਟਾ ਰਾਜ ਕੀਤਾ। 1236 ਤੋਂ ਲੈ ਕੇ 1240 ਤੱਕ ਬੇਟਾ, ਕਿਤੇ ਯਾਦ ਰੱਖਿਓ ਇਹ ਓਨਲੀ ਬੇਟਾ ਫਸਟ ਵੂਮੈਨ ਹੈ, ਠੀਕ ਹੈ। ਇੱਕੋ ਇੱਕ ਵੂਮੈਨ ਹੋਈ ਹੈ ਦਿੱਲੀ ਸਲਤਨਤ ਦੇ ਵਿੱਚ ਜਿਹੜੀ ਬੇਟਾ ਸੁਲਤਾਨ ਦੇ ਟਾਈਟਲ ਤੱਕ ਪਹੁੰਚੀ ਹੈ। ਇਸ ਤੋਂ ਬਿਨਾਂ ਹੋਰ ਕੋਈ ਵੀ ਫੀਮੇਲ ਨਹੀਂ ਹੋਈ। ਜੇ ਤੁਸੀਂ ਇਸ ਤੋਂ ਪਹਿਲਾਂ ਆਪਾਂ ਜੇ ਬੇਟਾ ਰਾਜੇ ਮਹਾਰਾਜਿਆਂ ਦੇ ਉੱਤੇ ਝਾਤ ਮਾਰੀਏ, ਜੋ ਉਸ ਤੋਂ ਅੱਗੇ ਵੀ ਜਾਂਦੇ ਹਾਂ, ਤਾਂ ਬੇਟਾ ਕੋਈ ਫੀਮੇਲ ਨਹੀਂ ਹੋਈ, ਠੀਕ ਹੈ ਜੀ। ਇਹ ਫਸਟ ਫੀਮੇਲ ਸੀਗੀ ਤੇ ਖਾਸ ਤੌਰ ਤੇ ਬੇਟਾ ਦਿੱਲੀ ਸਲਤਨਤ ਦੇ ਵਿੱਚ ਇੱਕੋ ਇੱਕ ਫੀਮੇਲ ਹੋਈ ਹੈ ਜਿਸਨੇ ਬੇਟਾ 1240 ਤੋਂ 36 ਤੋਂ ਲੈ ਕੇ 1240 ਤੱਕ ਰਾਜ ਕੀਤਾ। ਹੁਣ ਬੇਟਾ ਰਜ਼ੀਆ ਸੁਲਤਾਨ ਦੇ ਵਿੱਚ ਇੱਕ ਉਹ ਹਰ ਇੱਕ ਕੈਪੇਬਿਲਿਟੀ ਸੀ ਜਿਹੜੀ ਬੇਟਾ ਇਸ ਦੇ ਵਿੱਚ ਕਹਿੰਦੇ ਕਿ ਸੁਲਤਾਨ ਦੇ ਵਿੱਚ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਪਰ ਬੇਟਾ ਇਹ ਫੇਰ ਵੀ ਜ਼ਿਆਦਾ ਲੰਬਾ ਸਮਾਂ ਰਾਜ ਨਾ ਕਰ ਸਕੀ। ਉਹਦਾ ਕਾਰਨ ਕੀ ਸੀ, ਜਿਹੜੇ ਬੇਟਾ ਤੁਰਕ ਅਮੀਰ ਨੇ ਉਹ ਆਪਣੇ ਆਪ ਨੂੰ ਇੱਕ ਫੀਮੇਲ ਦੇ ਅੰਡਰ ਬੇਟਾ ਰੱਖਣਾ ਪਸੰਦ ਨਹੀਂ ਸੀ ਕਰਦੇ। ਤੁਹਾਨੂੰ ਯਾਦ ਹੋਊਗਾ ਇਲਤੁਤਮਿਸ਼ ਨੇ 40 ਬਣਾਈ ਸੀ, 40 ਤੁਰਕ ਅਮੀਰਾਂ ਦੀ ਇੱਕ ਗਰੁੱਪ ਬਣਾਇਆ ਸੀ, ਇੱਕ ਸੰਸਥਾ ਬਣਾਈ ਸੀ। ਤਾਂ ਬੇਟਾ ਲੋਕ ਇਸ ਦੇ ਐਡਮਿਨਿਸਟ੍ਰੇਸ਼ਨ ਨੂੰ ਸਿਰਫ ਇਸੇ ਕਰਕੇ ਨਹੀਂ ਸੀ ਪਸੰਦ ਕਰਦੇ ਵੀ ਇੱਕ ਫੀਮੇਲ ਹੈ, ਕਿਉਂਕਿ ਬੇਟਾ ਉੱਥੇ ਜਿਵੇਂ ਕਹਿ ਦਈਏ ਨਾ ਵੀ ਮੈਨ ਡੋਮੀਨੇਟ ਸੋਸਾਇਟੀ, ਉਹੀ ਚੀਜ਼ ਬੇਟਾ ਅੱਗੇ ਆ ਰਹੀ ਸੀ। ਹੁਣ ਰਜ਼ੀਆ ਸੁਲਤਾਨ ਦੇਖੋ ਇੱਡੀ ਕੁ ਜ਼ਿਆਦਾ ਇੰਪੋਰਟੈਂਟ ਹੈ, ਬੇਸ਼ੱਕ ਇਹ ਰਾਜਪੂਤਾਂ ਦੇ ਸਭ ਤੋਂ ਇੰਪੋਰਟੈਂਟ ਕਿਲੇ ਰੰਥਮ ਭੋਰ ਤੱਕ ਨੂੰ ਜਿੱਤਦੀ ਹੈ ਬੇਟਾ, ਪਰ ਫੇਰ ਵੀ ਇਹ ਕੋਈ ਬਹੁਤਾ ਜ਼ਿਆਦਾ ਲੰਬਾ ਸਮਾਂ ਬੇਟਾ ਰਾਜ ਨਾ ਕਰ ਸਕੀ। ਤੇ ਇੱਕ ਚੀਜ਼ ਦਾ ਬੇਟਾ ਸਭ ਤੋਂ ਵੱਡੀ ਜਿਹੜੀ ਇੱਕ ਦਿੱਕਤ ਕੀ ਸੀ, ਯਾਕੂਤ। ਯਾਕੂਤ ਜਾਂ ਕਈ ਵਾਰ ਬੇਟਾ ਯਾਕੂਬ ਵੀ ਆ ਜਾਂਦਾ, ਕਿਤੇ ਕਈ ਕਿਤੇ ਬੇਟਾ ਯਾਕੂਬ ਆ ਜਾਂਦਾ, ਕਿਤੇ ਯਾਕੂਤ ਆ ਜਾਂਦਾ, ਠੀਕ ਹੈ ਜੀ। ਇਹ ਗੱਲ ਯਾਦ ਰੱਖੀ। ਹੁਣ ਬੇਟਾ ਇਹ ਯਾਕੂਬ ਕੌਣ ਹੈ, ਇਹ ਯਾਕੂਬ ਬੇਸਿਕਲੀ ਬੇਟਾ ਇੱਕ ਨਿਗਰੋ ਆ, ਤੇ ਰਜ਼ੀਆ ਦੇ ਇਹਦੇ ਨਾਲ ਰਿਲੇਸ਼ਨ ਕਾਫੀ ਵਧੀਆ ਸੀ। ਤਾਂ ਬੇਟਾ ਇਸ ਦੇ ਰਿਲੇਸ਼ਨ ਜਿੰਨੇ ਰਜ਼ੀਆ ਦੇ ਨਾਲ ਵਧੀਆ ਸੀ ਬੇਟਾ, ਇਹ ਵੀ ਰਜ਼ੀਆ ਦੇ ਡਾਊਨਫਾਲ ਦਾ ਇੱਕ ਬਹੁਤ ਵੱਡਾ ਬੇਟਾ ਕਾਰਨ ਬਣਿਆ, ਠੀਕ ਹੈ ਜੀ। ਹੁਣ ਬੇਟਾ ਰਜ਼ੀਆ ਨੇ ਬੇਟਾ ਜਦੋਂ ਯਾਕੂਤ ਦੇ ਨਾਲ ਇਹਦੀ ਨੇੜਤਾ ਕਾਫੀ ਜ਼ਿਆਦਾ ਸੀ, ਤਾਂ ਬੇਟਾ ਇਸ ਤੋਂ ਜਿਹੜੇ ਤੁਰਕ ਅਮੀਰ ਨੇ ਹੋਰ ਜ਼ਿਆਦਾ ਨਫ਼ਰਤ ਕਰਨ ਲੱਗੇ। ਤਾਂ ਇਸ ਦੇ ਸਮੇਂ ਵਿੱਚ ਬੇਟਾ ਜਿਹੜੇ ਰੈਵੋਲੂਸ਼ਨ ਹੈ ਉਹ ਹੋਣੇ ਸ਼ੁਰੂ ਹੋਏ। ਤਾਂ ਇਹਦੇ ਸਮੇਂ ਵਿੱਚ ਬੇਟਾ ਵਿਦਰੋਹ ਕਾਫੀ ਜ਼ਿਆਦਾ ਹੋਏ ਨੇ। ਉਸ ਤੋਂ ਬਾਅਦ ਹਾਂਜੀ, ਤਾਂ ਬੇਟਾ ਇਹਦੇ ਸਮੇਂ ਇੰਨੇ ਕੁ ਜ਼ਿਆਦਾ ਵਿਦਰੋਹ ਹੋਏ ਨੇ ਵੀ ਹਰ ਇੱਕ ਸਟੇਟ ਦੇ ਵਿੱਚੋਂ ਵਿਦਰੋਹ ਹੋਣ ਲੱਗ ਗਏ ਬੇਟਾ, ਖਾਸ ਤੌਰ ਤੇ ਪੰਜਾਬ, ਠੀਕ ਹੈ ਜੀ। ਜਿਹੜਾ ਬੇਟਾ ਪੰਜਾਬ ਹੈ, ਜਿਹਨੂੰ ਆਪਾਂ ਚਲੋ ਮਾਲਵਾ ਵੀ ਉਸ ਸਮੇਂ ਕਹਿ ਸਕਦੇ ਬੇਟਾ, ਉਹਦੇ ਵਿੱਚ ਜੇ ਆਪਾਂ ਦੇਖੀਏ ਬੇਟਾ ਹਾਂਜੀ ਅਲਤੂਨੀਆ
ਹੁਣ ਬੇਟਾ ਇਹ ਯਾਦ ਰੱਖਿਓ ਅਸਤੂਨੀਆ ਜਿਹੜਾ ਅੱਜ ਕੱਲ ਜਿੱਥੇ ਬੇਟਾ ਬਠਿੰਡਾ ਠੀਕ ਹੈ, ਬਠਿੰਡੇ ਦੇ ਵਿੱਚ ਬੇਟਾ ਜਿਹੜਾ ਫੋਰਟ ਬਣਿਆ ਹੋਇਆ ਕਿਲ੍ਹਾ ਬਣਿਆ ਹੋਇਆ। ਹੁਣ ਅਲਤੂਨੀਆ ਬੇਟਾ ਜਿਹੜਾ ਪੰਜਾਬ ਵਾਲੇ ਏਰੀਏ ਦਾ ਗਵਰਨਰ ਹੁੰਦਾ ਸੀ। ਅਲਤੂਨੀਆ ਨੇ ਬੇਟਾ ਕਿਹਾ ਜਾਂਦਾ ਵੀ ਇਸਦੇ ਅੰਗੇਸਟ ਵਿਦਰੋਹ ਕਰਤਾ, ਰਜੀਆ ਦੇ ਅੰਗੇਸਟ 1240 ਦੇ ਵਿੱਚ ਬੇਟਾ ਅਲਤੂਨੀਆ ਦੇ ਵਿਦਰੋਹ ਕਰਤਾ ਤੇ ਰਜੀਆ ਆਪ ਬੇਟਾ ਉਸ ਵਿਦਰੋਹ ਨੂੰ ਉਲਚਲਣ ਦੇ ਲਈ ਖਤਮ ਕਰਨ ਦੇ ਲਈ ਬੇਟਾ ਉਹ ਕਹਿ ਲਓ ਪੰਜਾਬ ਦੇ ਵੱਲ ਆਈ ਆ ਆਹ ਏਰੀਆ ਬਠਿੰਡੇ ਵਾਲੇ ਪਾਸੇ ਠੀਕ ਹੈ ਜੀ ਅੱਜ ਦਾ ਬਠਿੰਡਾ ਬੇਟਾ। ਤਾਂ ਉੱਥੇ ਜਿਹੜਾ ਕਿਲ੍ਹਾ ਹੈ ਨਾ ਬੇਟਾ ਅਲਤੂਨੀਆ ਨੇ ਰਜੀਆ ਦੀ ਸੈਨਾ ਨੂੰ ਹਰਾਇਆ ਤੇ 1240 ਦੇ ਵਿੱਚ ਬੇਟਾ ਰਜੀਆ ਨੂੰ ਆਹ ਜਿਹੜਾ ਬਠਿੰਡਾ ਫੋਰਟ ਹੈ ਨਾ ਬੇਟਾ ਇਸਦੇ ਵਿੱਚ ਅਰੈਸਟ ਕੀਤਾ। ਜਦੋਂ ਬੇਟਾ ਇਸ ਨੇ ਕਿਹਾ ਜਾਂਦਾ ਅਰੈਸਟ ਕੀਤਾ ਤਾਂ ਇਸ ਤੋਂ ਬਾਅਦ ਬੇਟਾ ਜਿਹੜਾ ਰਜੀਆ ਦਾ ਭਾਈ ਹੈ ਠੀਕ ਹੈ ਜੀ ਗੱਦੀ ਬੇਟਾ ਇੱਕ ਤਰ੍ਹਾਂ ਉਹਦੇ ਕੋਲ ਆ ਜਾਂਦੀ ਹੈ ਠੀਕ ਹੈ ਜੀ ਗੱਦੀ ਬੇਟਾ ਉਸਦੇ ਕੋਲ ਆਉਂਦੀ ਹੈ ਤੇ ਉਸ ਤੋਂ ਬਾਅਦ ਬੇਟਾ ਜਿਹੜੀ ਰਜੀਆ ਹੈ ਫਿਰ ਰਜੀਆ ਕੀ ਕਰਦੀ ਹੈ ਬੇਟਾ ਇਹਨਾਂ ਨੂੰ ਕਿਉਂਕਿ ਅਲਤੂਨੀਆ ਦੀ ਕੈਦ ਦੇ ਵਿੱਚ ਬਠਿੰਡੇ ਦੇ ਵਿੱਚ ਬੜਾ ਇੰਪੋਰਟੈਂਟ ਕੁਐਸਚਨ ਬਣਦਾ ਬੇਟਾ ਰਜੀਆ ਨੂੰ ਕਿੱਥੇ ਕੈਦ ਕੀਤਾ ਗਿਆ ਸੀ ਤੇ ਕਿਹਨੇ ਕੈਦ ਕੀਤਾ ਸੀ। ਅਲਤੂਨੀਆ ਨੇ ਕੈਦ ਕੀਤਾ ਸੀ ਅਲਤੂਨੀਆ ਰਜੀਆ ਦਾ ਬੇਟਾ ਇੱਕ ਜਿਹੜਾ ਸੂਬੇਦਾਰ ਹੈ ਆਪਣੇ ਪੰਜਾਬ ਵਾਲੇ ਪਾਸੇ ਦਾ ਠੀਕ ਹੈ ਜੀ ਤਾਂ ਬੇਟਾ ਬਠਿੰਡੇ ਦੇ ਕਿਲ੍ਹੇ ਵਿੱਚ ਇਸਨੂੰ ਕੈਦ ਕਰ ਲਿਆ ਤੇ ਉਸ ਤੋਂ ਬਾਅਦ ਕੀ ਹੋਇਆ ਬੇਟਾ ਜਦੋਂ ਰਜੀਆ ਨੂੰ ਕੈਦ ਕੀਤਾ ਤਾਂ ਉੱਥੇ ਬੇਟਾ ਅਲਤੂਨੀਆ ਦੇ ਨਾਲ ਇਹਦੇ ਰਿਲੇਸ਼ਨ ਕਾਫੀ ਜ਼ਿਆਦਾ ਵਧੀਆ ਬਣ ਜਾਂਦੇ ਨੇ ਇਹਨਾਂ ਦੀ ਕਾਫੀ ਜ਼ਿਆਦਾ ਬੇਟਾ ਉੱਥੇ ਨੇੜਤਾ ਹੋ ਜਾਂਦੀ ਹੈ। ਈਵਨ ਦੈਨ ਕਿ ਜਿਹੜਾ ਯਾਕੂਤ ਹੈ ਬੇਟਾ ਜਦੋਂ ਰਜੀਆ ਅਟੈਕ ਕਰਦੀ ਹੈ ਕਿਉਂਕਿ ਉਸ ਸਮੇਂ ਯਾਕੂਤ ਨਾਲ ਸੀ ਯਾਕੂਤ ਦਾ ਬੇਟਾ ਮਰਡਰ ਹੋ ਜਾਂਦਾ ਉਸ ਲੜਾਈ ਦੇ ਵਿੱਚ ਅਲਤੂਨੀਆ ਯਾਕੂਤ ਨੂੰ ਮਾਰ ਦਿੰਦਾ ਦੈਨ ਰਜੀਆ ਨੂੰ ਆਪਣੇ ਨਾਲ ਬਠਿੰਡੇ ਲੈ ਜਾਂਦਾ ਕਿਲ੍ਹੇ ਵਿੱਚ। ਜਦੋਂ ਉੱਥੇ ਉਹਨੂੰ ਕੈਦ ਕੀਤਾ ਬੇਟਾ ਉੱਥੇ ਉਹਨਾਂ ਦੀ ਕਾਫੀ ਜ਼ਿਆਦਾ ਨੇੜਤਾ ਹੋਈ ਦੋਹਾਂ ਦਾ ਆਪਸ ਦੇ ਵਿੱਚ ਬੇਟਾ ਮੈਰਿਜ ਕਰ ਲੈਂਦੇ ਨੇ ਵਿਆਹ ਕਰ ਲੈਂਦੇ ਨੇ। ਹੁਣ ਜਦੋਂ ਅਲਤੂਨੀਆ ਨੇ ਬੇਟਾ ਵਿਆਹ ਕੀਤਾ ਰਜੀਆ ਦੇ ਨਾਲ ਬੇਟਾ ਫਿਰ ਅਲਤੂਨੀਆ 1240 ਦੇ ਵਿੱਚ ਅਲਤੂਨੀਆ ਤੇ ਰਜੀਆ ਬੇਟਾ ਜਿਹੜੇ ਦੁਬਾਰਾ ਦਿੱਲੀ ਸਲਤਨਤ ਦੇ ਉੱਤੇ ਕਬਜ਼ਾ ਕਰਨ ਦੇ ਲਈ ਨਿਕਲ ਜਾਂਦੇ ਨੇ 1240 ਦੇ ਵਿੱਚ ਬੇਟਾ ਕੈਥਲ ਦੇ ਨਾਲ ਕੈਥਲ ਥਾਂ ਦੇ ਉੱਤੇ ਜਿਹੜਾ ਅੱਜ ਕੱਲ੍ਹ ਕੈਥਲ ਹੈ ਬੇਟਾ ਹਰਿਆਣੇ ਦੇ ਵਿੱਚ ਪੈਂਦਾ ਠੀਕ ਹੈ ਜੀ ਹਰਿਆਣਾ ਠੀਕ ਹੈ ਜੀ ਉੱਥੇ ਬੇਟਾ ਰਜੀਆ ਦੀ ਜਿਹੜੀ 1240 ਦੇ ਵਿੱਚ ਡੈਥ ਹੋ ਜਾਂਦੀ ਹੈ ਠੀਕ ਹੈ ਜੀ ਇਹ ਗੱਲ ਯਾਦ ਰੱਖਿਓ 1240 ਦੇ ਵਿੱਚ ਅਲਤੂਨੀਆ ਤੇ ਰਜੀਆ ਦੀ ਬੇਟਾ ਡੈਥ ਹੋ ਜਾਂਦੀ। ਇਸ ਤਰ੍ਹਾਂ ਜਿਹੜੀ ਇੱਕੋ ਇੱਕ ਫੀਮੇਲ ਬੇਟਾ ਇੰਪੋਰਟੈਂਟ ਜਿਹੜੀ ਹੈ ਬੇਟਾ ਲੇਡੀ ਸੀਗੀ ਤਾਂ ਉਸਦੀ ਡੈਥ ਹੋ ਜਾਂਦੀ ਹੈ। ਫਿਰ ਬੇਟਾ 1240 ਦੇ ਵਿੱਚ ਰਜੀਆ ਦੀ ਜਦੋਂ ਡੈਥ ਹੋਈ ਤਾਂ ਬੇਟਾ ਇਸਦਾ ਜਿਹੜਾ ਛੋਟਾ ਭਾਈ ਹੈ ਜਾਂ ਬੇਟਾ ਅਲਾਉਦੀਨ ਦਾ ਅੱਗੇ ਤੀਜਾ ਬੇਟਾ ਠੀਕ ਹੈ ਜੀ ਬਹਿਰਾਮ ਸ਼ਾਹ ਬੇਟਾ ਕਿੰਗ ਬਣਦਾ ਹੈ। ਬਹਿਰਾਮ ਸ਼ਾਹ ਹੁਣ ਬਹਿਰਾਮ ਸ਼ਾਹ ਦਾ ਬੇਟਾ ਟਾਈਮ ਪੀਰੀਅਡ 1240 ਤੋਂ ਲੈ ਕੇ 1242 ਤੱਕ ਠੀਕ ਹੈ ਜੀ। ਤਾਂ ਬੇਟਾ ਇਹ ਕੋਈ ਬਹੁਤੇ ਜ਼ਿਆਦਾ ਖਾਸ ਜਿਹੜਾ ਕਹਿ ਲਓ ਵੀ ਵਧੀਆ ਕਿੰਗ ਸਾਬਤ ਨਹੀਂ ਹੋਇਆ ਤੇ 1242 ਤੱਕ ਬੇਟਾ ਇਹਦਾ ਜਿਹੜਾ ਰਾਜ ਰਿਹਾ। ਇਸ ਤੋਂ ਬਾਅਦ ਅੱਗੇ ਆਪਾਂ ਗੱਲ ਕਰਦੇ ਹਾਂ ਹਾਂਜੀ ਫਿਰ ਅੱਗੇ ਬੇਟਾ ਮਸੂਦ ਸ਼ਾਹ ਬੇਟਾ ਕਿੰਗ ਬਣਦਾ 1242 ਤੋਂ ਲੈ ਕੇ 1246 ਤੱਕ। ਇਹ ਬੇਟਾ ਜਿਹੜਾ ਅਲਾਉਦੀਨ ਨੀ ਇਲਤੁਤਮਿਸ਼ ਦਾ ਬੇਟਾ ਇੱਕ ਹੋਰ ਬੇਟਾ ਹੈ ਮਸੂਦ ਸ਼ਾਹ ਇਹ ਇਹਨੇ ਬੇਟਾ 4 ਸਾਲ ਰਾਜ ਕੀਤਾ। ਤਾਂ ਹੁਣ ਇਸ ਦਾ ਟਾਈਮ ਪੀਰੀਅਡ ਵੀ ਵਿੱਚ ਵੀ ਬੇਟਾ ਕੋਈ ਜ਼ਿਆਦਾ ਖਾਸ ਜਿਹੜੀ ਅਚੀਵਮੈਂਟ ਨਹੀਂ ਹੋਈ ਕੋਈ ਬਹੁਤੇ ਜ਼ਿਆਦਾ ਇਵੈਂਟ ਨਹੀਂ ਹੋਏ ਬੇਟਾ ਇਹ ਜਿਹੜੇ ਸਰਦਾਰ ਨੇ ਜਿਹੜੇ ਇਹ ਤਾਂ ਬੇਟਾ ਇਸ ਸਮੇਂ ਜਿਹੜੀ ਪਾਵਰ ਹੈ ਇਹਦਾ ਜਿਹੜਾ ਛੋਟਾ ਭਾਈ ਹੈ ਨਸੀਰੁਦੀਨ ਬੇਟਾ ਇਸਦੇ ਹੱਥਾਂ ਵਿੱਚ ਸੀ
ਤੇ ਬੇਟਾ ਨਾਲ ਦੀ ਨਾਲ ਜਿਹੜੀ 40 ਆ, ਠੀਕ ਹੈ ਜੀ, 40 ਤੁਰਕ ਅਮੀਰਾਂ ਦਾ ਇੱਕ ਗਰੁੱਪ ਸੀਗਾ, 40 ਆ ਬੇਟਾ ਉਸਦੇ ਹੱਥਾਂ ਦੇ ਵਿੱਚ ਸੀ। ਫਿਰ 1246 ਦੇ ਵਿੱਚ ਬੇਟਾ ਇਸਦੀ ਡੈਥ ਤੋਂ ਬਾਅਦ ਨਸੀਰੂਦੀਨ ਕਿੰਗ ਬਣਦਾ ਬੇਟਾ 1246 ਤੋਂ ਲੈ ਕੇ ਇਹਦਾ ਟਾਈਮ ਪੀਰੀਅਡ 1256 ਤੱਕ ਰਿਹਾ। ਤਾਂ ਬੇਟਾ ਇਸਨੂੰ ਕਿੰਗ ਬਣਾਉਣ ਦੇ ਵਿੱਚ ਬਲਬਨ ਦਾ ਬਹੁਤ ਵੱਡਾ ਹੱਥ ਸੀ। ਹੁਣ ਬਲਬਨ ਕੌਣ ਹੈ ਬੇਟਾ? ਬਲਬਨ ਅੱਗੇ ਕਿੰਗ ਬਣੇਗਾ। ਬਲਬਨ ਬੇਟਾ ਇਹ 40 ਤੁਰਕ ਅਮੀਰਾਂ ਦੇ ਵਿੱਚੋਂ ਹੀ ਇੱਕ ਤੁਰਕ ਹੈ ਬੇਟਾ, ਇਹ ਗੱਲ ਯਾਦ ਰੱਖਣੀ ਹੈ। ਬਲਬਨ ਇਹਨਾਂ 40 ਤੁਰਕ ਅਮੀਰਾਂ ਦੇ ਵਿੱਚੋਂ ਬੇਟਾ ਇੱਕ ਅਮੀਰ ਹੈ। ਤਾਂ ਬਲਬਨ ਬੇਟਾ ਫਿਰ ਬਲਬਨ ਦੇ ਸਹਿਯੋਗ ਦੇ ਨਾਲ ਨਸੀਰੂਦੀਨ ਬੇਟਾ 1246 ਦੇ ਵਿੱਚ ਕਿੰਗ ਬਣਿਆ। ਨਸੀਰੂਦੀਨ ਬੇਟਾ 1246 ਦੇ ਵਿੱਚ ਬੇਟਾ ਦਿੱਲੀ ਸਲਤਨਤ ਦਾ ਕਿਹਾ ਜਾਂਦਾ ਹੈ ਜਿਹੜਾ ਨਵਾਂ ਸੁਲਤਾਨ ਬਣਿਆ। ਹੁਣ ਬੇਟਾ ਸੁਲਤਾਨ ਬੇਸ਼ਕ ਨਸੀਰੂਦੀਨ ਹੈ, ਪਰ ਐਕਚੁਅਲੀ ਸਾਰੀ ਜਿਹੜੀਆਂ ਪਾਵਰਾਂ ਬੇਟਾ ਉਹ ਬਲਬਨ ਦੇ ਹੱਥ ਵਿੱਚ ਨੇ, ਤੇ ਨਾਲ ਇੱਕ ਤਰ੍ਹਾਂ ਬੇਟਾ ਜਿਹੜੀ 40 ਹੈ ਉਸਦੇ ਹੱਥ ਵਿੱਚ ਨੇ। ਹੁਣ ਬੇਟਾ 40 ਹੈ ਜਿਹੜੀ, ਤਾਂ ਤੁਸੀਂ ਇਹ ਗੱਲ ਯਾਦ ਰੱਖੋ ਬੇਟਾ 1240 ਤੋਂ ਬਾਅਦ, ਠੀਕ ਹੈ ਜੀ, ਬੇਟਾ 1240 ਦੇ ਵਿੱਚ ਡੈਥ ਕਿਹਦੀ ਹੋਈ ਹੈ? ਰਜੀਆ ਦੀ। ਰਜੀਆ ਦੀ ਡੈਥ ਤੋਂ ਲੈ ਕੇ ਬੇਟਾ ਆਹ ਟਾਈਮ 66 ਤੱਕ ਨਸੀਰੂਦੀਨ ਮਹਿਮੂਦ ਤੱਕ, ਤਾਂ ਬੇਟਾ ਜਿਹੜਾ ਪਾਵਰਾਂ ਨੇ ਉਹ ਸਾਰੀਆਂ 40 ਦੇ ਹੱਥਾਂ ਵਿੱਚ ਰਹੀਆਂ ਨੇ। 26 ਸਾਲ ਬੇਟਾ ਜਿਹੜਾ ਸੁਲਤਾਨ ਹੈ, ਸੁਲਤਾਨ ਸਿਰਫ ਇੱਕ ਨਾਮ ਦਾ ਸੁਲਤਾਨ ਸੀ, ਐਕਚੁਅਲੀ ਸਾਰੀ ਪਾਵਰਸ ਬੇਟਾ ਇਸਦੇ ਹੱਥ ਵਿੱਚ ਸੀਗੀਆਂ। ਤਾਂ ਬੇਟਾ ਹੁਣ ਇਹ ਗੱਲ ਯਾਦ ਰੱਖਿਓ। ਤਾਂ ਫਿਰ 1240 ਤੱਕ, 46 ਤੋਂ ਬੇਟਾ 66 ਤੱਕ, ਤਾਂ ਕੋਈ ਖਾਸ ਬੇਟਾ ਇਸਦਾ ਦਿੱਲੀ ਦੇ ਉੱਤੇ ਪ੍ਰਭਾਵ ਨਹੀਂ ਸੀ, ਕਿਉਂਕਿ ਸਾਰਾ ਬੇਟਾ ਜਿਹੜਾ ਰੂਲ ਰੈਗੂਲੇਸ਼ਨ ਇੱਕ ਤਰ੍ਹਾਂ ਬਲਬਨ ਦੇ ਹੱਥ ਵਿੱਚ ਸੀ। ਫਿਰ ਬੇਟਾ 1266 ਦੇ ਵਿੱਚ ਬਲਬਨ ਇਸਦੀ ਡੈਥ ਤੋਂ ਬਾਅਦ ਬੇਟਾ ਬਲਬਨ ਨੇ ਖੁਦ ਆਪਣੇ ਆਪ ਨੂੰ ਸੁਲਤਾਨ ਅਪੁਆਇੰਟ ਕਰਤਾ। ਕੌਣ ਬਣੇ ਸੁਲਤਾਨ 1266 ਦੇ ਵਿੱਚ? ਬਲਬਨ। ਹੁਣ ਬੇਟਾ ਬਲਬਨ ਬੜਾ ਇੰਪੋਰਟੈਂਟ ਹੈ, ਇਹਦਾ ਟਾਈਮ ਪੀਰੀਅਡ, ਹਾਂਜੀ ਆਹ ਟਾਈਮ ਪੀਰੀਅਡ ਹੈ ਬੇਟਾ ਇਹ 20 ਸਾਲ। ਹੁਣ ਬੇਟਾ ਬਲਬਨ ਇੱਕ ਉਹ ਸੁਲਤਾਨ ਹੈ ਜਿਸਨੇ ਦਿੱਲੀ ਸਲਤਨਤ ਨੂੰ ਜਿਹੜਾ ਬੇਟਾ ਕਹਿੰਦੇ ਇੰਪੋਰਟੈਂਟ ਰੋਲ ਇਹਦੇ ਚੀਵੇਂ ਕੇ ਪਲੇ ਕੀਤਾ ਬੇਟਾ, ਉਸਨੂੰ ਮਜ਼ਬੂਤ ਕੀਤਾ। ਇਹਨੇ ਦੇਖੋ ਉਹਦੀਆਂ ਕੋਈ ਸਰਹੱਦਾਂ ਨਹੀਂ ਵਧਾਈਆਂ, ਨਾ ਕੋਈ ਬਹੁਤੇ ਇਲਾਕੇ ਜਿੱਤੇ ਨੇ, ਬਸ ਜਿਹੜਾ ਇਲਾਕਾ ਜਿੱਤਿਆ ਬੇਟਾ ਉਸੇ ਨੂੰ ਇਸਨੇ ਚੰਗੀ ਤਰ੍ਹਾਂ ਬੇਟਾ ਜਿਹੜਾ ਕਿ ਉਹ ਵਧੀਆ ਤਰੀਕੇ ਨਾਲ ਬੇਟਾ ਮੇਨਟੇਨ ਕੀਤਾ। ਤਾਂ ਬੇਟਾ 1266 ਦੇ ਵਿੱਚ ਜਿਹੜਾ ਬਲਬਨ ਹੈ ਉਹ ਸੁਲਤਾਨ ਬਣ ਗਿਆ 1266। ਹੁਣ ਬੇਟਾ ਬਲਬਨ ਕਿੱਥੋਂ ਉੱਠਿਆ ਸੀਗਾ? 40 ਤੋਂ। 40 ਕੀ ਹੈ? 40 ਤੁਰਕ ਅਮੀਰਾਂ ਦੀ ਇੱਕ ਸੰਸਥਾ ਬੇਟਾ, ਜਿਹੜੀ ਕਿਸਨੇ ਬਣਾਈ ਸੀਗੀ? ਉਹਨੂੰ ਬਣਾਇਆ ਬੇਟਾ ਕਿਸਨੇ ਸੀਗਾ? ਉਹਨੂੰ ਬਣਾਉਣ ਦਾ ਕੰਮ ਕੀਤਾ ਸੀਗਾ ਬੇਟਾ ਇਲਤੁਤਮਿਸ਼ ਨੇ। ਹੁਣ ਬਲਬਨ ਦੇ ਲਈ ਸਭ ਤੋਂ ਵੱਡੀ ਦਿੱਕਤ 40 ਸੀ, ਕਿਉਂਕਿ ਬੇਟਾ 40 ਦੇ ਵਿੱਚੋਂ ਹੀ ਉੱਠ ਕੇ ਗਿਆ ਸੀ। ਤਾਂ ਬੇਟਾ ਜਦੋਂ ਇਹ ਸੁਲਤਾਨ ਬਣਿਆ ਤੇ ਇੱਕ ਬੇਟਾ ਇਸ ਤੋਂ ਜਿਹੜੀ ਇਸ ਤੋਂ ਵੱਡੀ ਦਿੱਕਤ ਇੱਕ ਹੋਰ ਕੀ ਸੀ? ਰਜੀਆ ਦੀ ਡੈਥ ਤੋਂ ਬਾਅਦ ਤੇ ਬੇਟਾ ਉਹ ਜਿਹੜਾ 26 ਸਾਲ ਦਾ ਟਾਈਮ ਪੀਰੀਅਡ ਹੈ ਨਾ, ਸੁਲਤਾਨ ਤਾਂ ਸਿਰਫ ਇੱਕ ਨਾਮ ਦਾ ਹੀ ਸੀ, ਤਾਂ ਐਕਚੁਅਲੀ ਸਾਰੀ ਪਾਵਰ 40 ਦੇ ਹੱਥਾਂ ਵਿੱਚ ਸੀ। ਤਾਂ ਬੇਟਾ ਬਲਬਨ ਦੇ ਲਈ ਬਹੁਤ ਵੱਡੀਆਂ ਦਿੱਕਤਾਂ ਸੀਗੀਆਂ, ਸੁਲਤਾਨ ਬਣਦੇ ਸਾਰ ਉਹਨੂੰ ਬਹੁਤ ਵੱਡੀਆਂ ਬੇਟਾ ਜਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਤਾਂ ਸਭ ਤੋਂ ਪਹਿਲਾਂ ਫਿਰ ਬੇਟਾ ਬਲਬਨ ਨੇ ਕੀ ਕੀਤਾ? ਬੇਟਾ ਕਿੰਗ ਬਣ ਸੁਲਤਾਨ ਬਣਦੇ ਸਾਰ ਬੇਟਾ ਇਸਨੇ ਹੌਲੀ ਹੌਲੀ ਇਹਨੇ ਜਿਹੜੀਆਂ 40 ਬੇਟਾ ਉਹ ਖਤਮ ਕਰੇ। ਹੁਣ ਜਿਹੜੇ 40 ਹੈ, ਹਾਂਜੀ ਬੇਟਾ ਇਸਨੇ ਜਿਹੜੇ 40 ਹੈ 40 ਖਤਮ ਕੀਤੀਆਂ, ਤੇ ਐਕਚੁਅਲੀ ਜਿਹੜੀ ਪਾਵਰ ਹੈ ਬੇਟਾ ਉਹ ਆਪਣੇ ਹੱਥ ਵਿੱਚ ਲਈ, ਠੀਕ ਹੈ ਜੀ ਬੇਟਾ ਆਪਣੇ ਹੱਥ ਵਿੱਚ ਲਈ 40 ਇਸਨੇ ਖਤਮ ਕਰਤਾ। ਤਾਂ ਬੇਟਾ ਇਸਨੇ ਦਿੱਲੀ ਸਲਤਨਤ ਦੇ ਵਿੱਚ ਜਿਹੜਾ ਅਸਲੀ ਬੇਟਾ ਇਸਨੇ ਡਿਵਾਈਨ
ਡਿਵਾਈਨ ਥਿਊਰੀ। ਹੁਣ ਡਿਵਾਈਨ ਥਿਊਰੀ ਕੀ ਹੈ ਬੇਟਾ? ਡਿਵਾਈਨ ਥਿਊਰੀ ਮਤਲਬ ਸ਼ੈਡੋ ਆਫ ਗੋਡ, ਸ਼ੈਡੋ ਆਫ ਗੋਡ। ਬੇਟਾ ਐਕਚੁਅਲੀ ਡਿਵਾਈਨ ਥਿਊਰੀ ਕਿਸਨੇ ਲਾਗੂ ਕੀਤੀ ਹੈ? ਡਿਵਾਈਨ, ਡਿਵਾਈਨ ਥਿਊਰੀ ਮਤਲਬ ਬੇਟਾ ਜਿਹੜਾ ਸੁਲਤਾਨ ਹੈ ਜਾਂ ਕਿੰਗ ਹੈ ਉਹ ਧਰਤੀ ਦੇ ਉੱਤੇ ਰੱਬ ਦਾ ਰੂਪ ਹੈ ਬੇਟਾ, ਉਹ ਕਦੇ ਵੀ ਕੋਈ ਗਲਤੀ ਨਹੀਂ ਕਰ ਸਕਦਾ, ਠੀਕ ਹੈ ਜੀ। ਇਸਦੇ ਲਈ ਬੇਟਾ ਇਸਨੇ ਇੱਕ ਜਿਹੜਾ ਟਾਈਟਲ ਵੀ ਧਾਰਨ ਕੀਤਾ, ਜਿਲੇ ਨਾਹੀ ਇਲਾਹੀ, ਜਿਲੇ ਇਲਾਹੀ, ਠੀਕ ਹੈ ਜੀ। ਜਿਲੇ ਇਲਾਹੀ ਬੇਟਾ ਜਿਹੜਾ ਇਸਨੇ ਇੱਕ ਟਾਈਟਲ ਵੀ ਧਾਰਨ ਕੀਤਾ, ਇਹਦਾ ਮਤਲਬ ਵੀ ਕਿੰਗ ਇਜ਼ ਸੁਪਰੀਮ, ਧਰਤੀ ਦੇ ਉੱਤੇ ਰੱਬ ਦਾ ਰੂਪ ਹੈ ਕਿੰਗ। ਤਾਂ ਜਿਵੇਂ ਕਦੇ ਰੱਬ ਕੋਈ ਗਲਤੀ ਨਹੀਂ ਕਰ ਸਕਦਾ, ਉਵੇਂ ਕਿੰਗ ਕੋਈ ਗਲਤੀ ਨਹੀਂ ਕਰ ਸਕਦਾ ਬੇਟਾ। ਇਸਨੇ ਜਿਲੇ ਇਲਾਹੀ ਦਾ ਇੱਕ ਤਰ੍ਹਾਂ ਟਾਈਟਲ ਧਾਰਨ ਕੀਤਾ ਤੇ ਰੀਅਲ ਦੇ ਵਿੱਚ ਬੇਟਾ ਡਿਵਾਈਨ ਥਿਊਰੀ ਨੂੰ ਇੰਪਲੀਮੈਂਟ ਕਰਨ ਵਾਲਾ ਇਹ ਪਹਿਲਾ ਸੁਲਤਾਨ ਹੈ। ਇਹ ਗੱਲ ਯਾਦ ਰੱਖਿਓ ਬੇਟਾ, ਜਿਲੇ ਇਲਾਹੀ ਦੇ ਜਿਹੜੇ ਟਾਈਟਲ ਹੈ ਜਦੋਂ ਅੱਗੇ ਮੁਗਲ ਐਰਾ ਪੜਾਂਗੇ ਬੇਟਾ ਉਹਨਾਂ ਨੇ ਵੀ ਧਾਰਨ ਕੀਤੇ। ਹੁਣ ਤਾਂ ਇਹ ਬੇਟਾ ਹੁਣ ਸਭ ਤੋਂ ਪਹਿਲਾਂ ਜਦੋਂ ਇਸਨੇ ਬੇਟਾ ਇਹ ਕਿਹੋ ਸੁਲਤਾਨ ਬਣਿਆ, ਇੱਕ ਤਾਂ ਬੇਟਾ ਇਸਨੇ ਜਿਲੇ ਇਲਾਹੀ ਦਾ ਟਾਈਟਲ ਧਾਰਨ ਕੀਤਾ ਤੇ ਉਸ ਤੋਂ ਬਾਅਦ ਬੇਟਾ ਇਸਨੇ ਜਿਹੜੇ ਹੌਲੀ ਹੌਲੀ ਨਾ ਕੰਮ ਕਰਨਾ ਸ਼ੁਰੂ ਕੀਤਾ। ਤੇ ਬੇਟਾ ਸਭ ਤੋਂ ਪਹਿਲਾਂ ਇਹਨੇ ਵਿਦਰੋਹਾਂ ਨੂੰ ਖਤਮ ਕੀਤਾ, ਠੀਕ ਹੈ ਜੀ। ਵਿਦਰੋਹਾਂ ਨੂੰ ਖਤਮ ਕਰਨ ਲਈ ਬੇਟਾ ਸਭ ਤੋਂ ਪਹਿਲਾਂ ਮੇਵਾਤ, ਮੇਵਾਤ। ਹੁਣ ਬੇਟਾ ਜਿਹੜਾ ਮੇਵਾਤ ਦਾ ਇਲਾਕਾ ਹੈ, ਇਸ ਇਲਾਕੇ ਦੇ ਵਿੱਚ ਬੇਟਾ ਉਸ ਸਮੇਂ ਵਿਦਰੋਹ ਬਹੁਤ ਹੋਇਆ ਕਰਦੇ ਸੀ। ਈਵਨ ਦੈਨ ਕੀ ਕਿਹਾ ਜਾਂਦਾ ਸੀ ਬੇਟਾ, ਲੋਕ ਹੈ ਜਿਹੜੇ ਉਹ ਬਿਲਕੁਲ ਵੀ ਸੁਰੱਖਿਅਤ ਨਹੀਂ ਸੀ, ਠੀਕ ਹੈ ਜੀ। ਤਾਂ ਬੇਟਾ ਇੱਥੇ ਜਿਹੜੇ ਆ ਕਿਹਾ ਜਾਂਦਾ ਵੀ ਜਿਵੇਂ ਕੁੜੀਆਂ ਸ਼ਾਮ ਵਗੈਰਾ ਨੂੰ ਪਾਣੀ ਭਰਨ ਜਾਂਦੀਆਂ ਤਾਂ ਬੇਟਾ ਜਿਹੜੇ ਲੁਟੇਰੇ ਨੇ ਉਹਨਾਂ ਨੂੰ ਚੱਕ ਕੇ ਲੈ ਜਾਂਦੇ। ਤਾਂ ਲੋਕਾਂ ਦੇ ਘਰਾਂ ਵਿੱਚ ਬੇਟਾ ਚੋਰੀਆਂ ਵਗੈਰਾ ਬਹੁਤ ਹੋਇਆ ਕਰਦੀਆਂ ਸੀ। ਤਾਂ ਸਭ ਤੋਂ ਪਹਿਲਾਂ ਬੇਟਾ ਇਸਨੇ ਮੇਵਾਤ ਦਾ ਜਿਹੜਾ ਵਿਦਰੋਹ ਹੈ ਬੇਟਾ ਉਹ ਖਤਮ ਕੀਤਾ, ਠੀਕ ਹੈ ਜੀ। ਉਸ ਤੋਂ ਬਾਅਦ ਬੇਟਾ ਫਿਰ ਇਸਨੇ ਅੱਗੇ ਕੰਮ ਕੀ ਕੀਤਾ, ਦੁਆਬ। ਹੁਣ ਦੁਆਬ ਦੇ ਵਿੱਚ ਬੇਟਾ ਜਿਹੜਾ ਇਹ ਦੁਆਬ ਹੈ, ਇਹ ਦੁਆਬ ਬੇਟਾ ਗੰਗਾ ਤੇ ਜਮਨਾ ਦੇ ਵਿੱਚ, ਗੰਗਾ ਪਲੱਸ ਜਮਨਾ, ਗੰਗਾ ਤੇ ਜਮਨਾ ਦੇ ਵਿਚਕਾਰਲਾ ਬੇਟਾ ਜਿਹੜਾ ਇਲਾਕਾ, ਉਰੇ ਡਾਕੂ ਬਹੁਤ ਹੋਇਆ ਕਰਦੇ ਸੀ। ਈਵਨ ਦੈਨ ਕੀ ਬੇਟਾ ਜਿਹੜੇ ਵਪਾਰੀ ਨੇ, ਟ੍ਰੇਡਰ ਨੇ, ਉਹਨਾਂ ਦਾ ਬਾਹਰ ਨਿਕਲਣਾ ਔਖਾ ਹੋ ਜਾਂਦਾ ਸੀਗਾ, ਉਹ ਬੇਟਾ ਈਜ਼ੀਲੀ ਟ੍ਰੇਡ ਵੀ ਨਹੀਂ ਕਰ ਸਕਦੇ ਸੀ। ਤਾਂ ਸਭ ਤੋਂ ਪਹਿਲਾਂ ਫਿਰ ਬੇਟਾ ਬਲਬਨ ਨੇ ਇਹਨਾਂ ਨੂੰ ਜਿਹੜਾ ਦੁਆਬ ਦੇ ਵਿੱਚ ਬੇਟਾ ਡਾਕੂਆਂ ਨੂੰ ਖਤਮ ਕੀਤਾ। ਤਾਂ ਬੇਟਾ ਉਹਨੇ ਕਿਹਾ ਜਾਂਦਾ ਵੀ ਵੱਡੀ ਗਿਣਤੀ ਦੇ ਵਿੱਚ ਬੇਟਾ ਡਾਕੂਆਂ ਨੂੰ ਖਤਮ ਕੀਤਾ, 8 ਸਾਲ ਤੋਂ ਉੱਪਰ ਦੇ ਕਿਹਾ ਜਾਂਦਾ ਬੇਟਾ ਵੀ ਪੂਰੇ ਜਿੰਨੇ ਵੀ ਡਾਕੂ ਵੀ ਬੇਟਾ ਉੱਥੇ ਜਿਹੜੇ ਮੇਲ ਸੀਗੇ ਤਕਰੀਬਨ ਉਹਨਾਂ ਸਾਰਿਆਂ ਨੂੰ ਉਹਨੇ ਬੇਟਾ ਮਰਡਰ ਕਰਤਾ। ਤੇ ਜਿਹੜੇ ਉਹਨਾਂ ਦੇ ਛਿਪਣ ਲਈ ਜੰਗਲ ਸੀਗੇ ਉਹ ਜੰਗਲਾਂ ਦਾ ਕਟਵਾਤਾ ਤੇ 8 ਸਾਲ ਤੋਂ ਛੋਟੇ ਬੱਚਿਆਂ ਨੂੰ ਬੇਟਾ ਉਹਨੇ ਆਪਣੇ ਗੁਲਾਮ ਬਣਾ ਲਿਆ, ਉਹਨਾਂ ਨੂੰ ਆਪਣਾ ਗੁਲਾਮ ਬਣਾਇਆ। ਤੇ ਫਿਰ ਉਸ ਤੋਂ ਬਾਅਦ ਬੇਟਾ ਅੱਗੇ ਹਾਂਜੀ ਹਾਂਜੀ ਫਿਰ ਬੇਟਾ ਇਹਨੇ ਕਠੇਰ ਬੇਟਾ, ਕਠੇਰ ਕਿੱਥੇ? ਅੱਜ ਰੋਹੇਲਖੰਡ, ਠੀਕ ਹੈ ਜੀ, ਰੋਹੇਲਖੰਡ ਬੇਟਾ ਰਾਜਸਥਾਨ ਵਾਲਾ ਇਲਾਕਾ। ਤਾਂ ਫਿਰ ਬੇਟਾ ਇੱਥੇ ਵੀ ਵਿਦਰੋਹ ਹੁੰਦੇ ਸੀ, ਇੱਥੇ ਵੀ ਇਸਨੇ ਬੇਟਾ ਉਸੀ ਤਰ੍ਹਾਂ ਜਿਹੜੀ ਪਾਲਿਸੀ ਅਪਣਾਈ, ਜਿੰਨੇ ਵੀ ਬੇਟਾ ਉਹਦੇ ਵਿਦਰੋਹੀ ਸੀ ਸਾਰਿਆਂ ਨੂੰ ਇਸਨੇ ਬੜੀ ਬੁਰੀ ਤਰ੍ਹਾਂ ਬੇਟਾ ਕਤਲ ਕੀਤਾ, ਠੀਕ ਹੈ ਜੀ। ਤਾਂ ਬੇਟਾ ਇਸ ਤੋਂ ਬਾਅਦ ਇਹਨੇ ਕੀ ਕਰਿਆ ਜਿਹੜਾ ਨੈਕਸਟ ਹੈ, ਫਿਰ ਬੇਟਾ ਜਿਹੜਾ ਸੁਲਤਾਨ ਹੈ, ਸੁਲਤਾਨ ਨੂੰ ਐਕਚੁਅਲੀ ਸੁਲਤਾਨ ਇਸਨੇ ਬਣਾਇਆ, ਕਿਉਂਕਿ ਬੇਟਾ ਜਿਹੜਾ ਆਹ 1240 ਤੋਂ 1266 ਤੱਕ ਦਾ ਟਾਈਮ ਪੀਰੀਅਡ ਹੈ, ਇਹਦੇ ਵਿੱਚ ਜਿਵੇਂ ਦੱਸਿਆ ਸੁਲਤਾਨ ਜਸਟ ਅ ਨੇਮ, ਸੁਲਤਾਨ ਸਿਰਫ ਇੱਕ ਨਾਮ ਸੀਗਾ।
ਐਕਚੁਅਲੀ ਪਾਵਰ 40 ਸਾਲ ਦੇ ਹੱਥਾਂ ਸੀ, ਹੁਣ ਪਹਿਲਾਂ ਤਾਂ ਇਸਨੇ ਬੇਟਾ 40 ਸਾਲ ਖਤਮ ਕੀਤੀ। ਫਿਰ ਬੇਟਾ ਇਸਨੇ ਜਿਹੜੇ ਅੱਗੇ ਸਿਜਦਾ ਤੇ ਪਾਬੋਸ਼, ਹੁਣ ਬੇਟਾ ਜਿਹੜਾ ਆ ਸਭ ਤੋਂ ਪਹਿਲਾਂ ਸਿਜਦਾ, ਹੁਣ ਇੱਕ ਸਿਜਦਾ ਸ਼ੁਰੂ ਕੀਤਾ। ਇਹ ਕੁਐਸਚਨ ਪੁੱਛਿਆ ਜਾਂਦਾ ਬੇਟਾ ਸਿਜਦਾ ਕਿਸਨੇ ਸ਼ੁਰੂ ਕੀਤਾ, ਹੁਣ ਸਿਜਦਾ ਮਤਲਬ ਕੀ ਹੈ ਬੇਟਾ? ਜਦੋਂ ਸੁਲਤਾਨ ਸਾਹਮਣੇ ਬੈਠਾ ਤਾਂ ਜਦੋਂ ਕਿਸੇ ਨੇ ਵੀ ਉਹਨੂੰ ਆਉਣਾ ਬੇਟਾ ਸਿਰ ਝੁਕਾ ਕੇ ਪ੍ਰਣਾਮ ਕਰਨਾ, ਉਹਨੂੰ ਕਿਹਾ ਜਾਂਦਾ ਸਿਜਦਾ, ਠੀਕ ਹੈ ਜੀ। ਫਿਰ ਬੇਟਾ ਪਾਬੋਸ਼, ਹੁਣ ਜਿਹੜਾ ਪਾਬੋਸ਼ ਹੈ, ਪਾਬੋਸ਼ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਪਾਬੋਸ਼ ਦਾ ਮਤਲਬ ਬੇਟਾ ਜਿਹੜੇ ਸੁਲਤਾਨ ਦੇ ਪੈਰ ਨੇ, ਉਹਦੇ ਚਰਨ ਨੇ, ਕੋਈ ਵੀ ਆਊਗਾ ਪਹਿਲਾਂ ਉਹਨਾਂ ਨੂੰ ਕਿਸ ਕਰੂਗਾ, ਮਤਲਬ ਇੱਕ ਵਾਰੀ ਬੇਟਾ ਪਹਿਲਾਂ ਤਾਂ ਦੇਖੋ ਸਿਜਦਾ ਸਿਰ ਝੁਕਾ ਕੇ ਸੁਲਤਾਨ ਨੂੰ ਸਤਿਕਾਰ ਦੇਣਾ, ਫਿਰ ਬੇਟਾ ਸੁਲਤਾਨ ਦੇ ਪੈਰਾਂ ਉੱਤੇ ਜਾ ਕੇ ਕਿਸ ਕਰਨਾ, ਮਤਲਬ ਇਹ ਸਭ ਕਾਰਨ ਬੇਟਾ ਇਹ ਸੀ, ਬਲਬਨ ਇਹ ਦੱਸਣਾ ਚਾਹੁੰਦਾ ਸੀ ਵੀ ਤੁਸੀਂ ਕੌਣ ਹੋ ਤੇ ਮੈਂ ਕੌਣ ਹਾਂ, ਠੀਕ ਹੈ ਜੀ। ਸੁਲਤਾਨ ਕੌਣ ਹੈ ਐਕਚੁਅਲੀ? ਸੁਲਤਾਨ ਬੇਟਾ ਰੀਅਲ ਦੇ ਵਿੱਚ ਸੁਲਤਾਨ ਜੇ ਕਹੀਏ ਨਾ, ਉਹ ਇਸਨੇ ਸ਼ੁਰੂ ਕੀਤਾ ਸੀ ਬੇਟਾ ਸੁਲਤਾਨ ਦਾ ਜਿਹੜਾ ਇੰਨੀਆਂ ਪਾਵਰਾਂ ਬੇਟਾ ਸੁਲਤਾਨ ਕੋਲ ਇਸਦੇ ਹੱਥਾਂ ਦੇ ਵਿੱਚ ਆਈਆਂ ਨੇ। ਤੇ ਇਹ ਗੱਲ ਯਾਦ ਰੱਖਿਓ ਬੇਟਾ ਇਸਨੇ ਸਿਜਦਾ ਤੇ ਪਾਬੋਸ਼ ਇਹ ਦੋ ਨਵੀਆਂ ਪ੍ਰਥਾਵਾਂ ਸ਼ੁਰੂ ਕੀਤੀਆਂ, ਤੇ ਬੇਟਾ ਸਭ ਤੋਂ ਇੰਪੋਰਟੈਂਟ ਜਿਹੜੀ ਬਲੱਡ ਐਂਡ ਆਇਰਨ ਲਹੂ ਤੇ ਲੋਹੇ ਦੀ ਨੀਤੀ, ਬੇਟਾ ਇਹਨੂੰ ਪੰਜਾਬੀ ਦੇ ਵਿੱਚ ਲਹੂ ਤੇ ਲੋਹੇ ਦੀ ਨੀਤੀ ਕਿਹਾ ਜਾਂਦਾ, ਬਲੱਡ ਐਂਡ ਆਇਰਨ। ਮਤਲਬ ਬੇਟਾ ਇਸਨੇ ਕਦੇ ਕਿਸੇ ਵਿਦਰੋਹੀ ਨੂੰ ਬਖਸ਼ਿਆ ਨਹੀਂ ਹੈਗਾ ਬੇਟਾ, ਕਿਹਾ ਜਾਂਦਾ ਵੀ ਹਮੇਸ਼ਾ ਜਵਾਬ ਲੋਹੇ ਨਾਲ ਹੀ ਦਿੰਦਾ ਸੀ ਬੇਟਾ, ਮਤਲਬ ਸਵਾਉਣ ਦੇ ਨਾਲ, ਤਲਵਾਰ ਦੇ ਨਾਲ। ਬੜੀ ਬੁਰੀ ਤਰ੍ਹਾਂ ਬੇਟਾ ਇਸਨੇ ਜਿਹੜੇ ਵਿਦਰੋਹੀ ਨੇ ਉਹਨਾਂ ਦਾ ਖਾਤਮਾ ਕਰਿਆ, ਉਹਨਾਂ ਨੂੰ ਪੁੱਛ ਲਿਆ। ਤਾਂ ਬੇਟਾ ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਰਿਲੈਕਸੇਸ਼ਨ ਹੈ ਇਹ ਨਹੀਂ ਦਿੰਦਾ ਸੀ ਬੇਟਾ। ਇਹ ਸਾਰੇ ਕੁਐਸਚਨ ਤੁਹਾਡੇ ਤੋਂ ਬਣਦੇ ਨੇ, ਹੁਣ ਦੇਖੋ ਜਿਹੜੇ ਇੰਪੋਰਟੈਂਟ ਕੁਐਸਚਨ, ਪਹਿਲਾਂ ਤਾਂ ਆਹ ਦੋ ਬਣਦੇ ਨੇ ਸਿਜਦਾ ਤੇ ਪਾਬੋਸ਼ ਵਾਲਾ, ਠੀਕ ਹੈ ਜੀ। ਫਿਰ ਬੇਟਾ ਬਲੱਡ ਐਂਡ ਆਇਰਨ ਵਾਲਾ ਜਿਹੜਾ ਕੁਐਸਚਨ ਹੈ ਇਹ ਬਣਦਾ, ਬਲੱਡ ਐਂਡ ਆਇਰਨ ਪੋਲਸੀ ਕਿਸਨੇ ਸ਼ੁਰੂ ਕੀਤੀ ਤੇ ਬੇਟਾ ਰਜੀਆ ਤੋਂ ਬਾਅਦ ਸੁਲਤਾਨ ਕੌਣ ਬਣਿਆ, ਜਿਵੇਂ ਆਪਾਂ ਪਿੱਛੇ ਸਾਰੀ ਇੱਕ ਲਿਸਟ ਪੜ੍ਹ ਕੇ ਆਏ ਹਨਾ, ਸਾਰੀ ਲਿਸਟ ਕਰੀ ਹੈ ਪਿੱਛੇ ਬੇਟਾ। ਫਿਰ 40 ਸਾਲ ਨੂੰ ਕਿਸਨੇ ਖਤਮ ਕੀਤਾ, 40 ਸਾਲ ਨੂੰ ਕਿਸਨੇ ਸ਼ੁਰੂ ਕੀਤਾ, ਇਹ ਸਾਰੇ ਕੁਐਸਚਨ ਬੇਟਾ ਤੁਹਾਡੇ ਤੋਂ ਬਣਦੇ ਨੇ। ਫਿਰ ਬੇਟਾ ਉਸ ਤੋਂ ਬਾਅਦ, ਹਾਂਜੀ, ਫਿਰ ਬੇਟਾ ਇਸਨੇ ਜਿਹੜਾ ਅੱਗੇ ਕੀ ਕੀਤਾ, ਮਿਲਟਰੀ, ਠੀਕ ਹੈ ਜੀ, ਜਿਹੜੀ ਆਪਾਂ ਕਹਿ ਸਕਦੇ ਆਰਮੀ ਹੈ ਬੇਟਾ, ਆਰਮੀ ਨੂੰ ਰੀਆਰਗਨਾਈਜ਼ ਕੀਤਾ। ਜਿਹੜੇ ਬੇਟਾ ਓਲਡ ਸਿਪਾਹੀ ਸੀਗੇ, ਬੁੱਢੇ ਸਿਪਾਹੀ ਸੀ, ਉਹ ਸਾਰਿਆਂ ਨੂੰ ਇਹਨੇ ਕੱਢਿਆ ਤੇ ਉਹਨਾਂ ਦੀ ਥਾਂ ਤੇ ਬੇਟਾ ਯੰਗਰ ਬੇਟਾ ਸਾਰੇ ਨੌਜਵਾਨਾਂ ਨੂੰ ਭਰਤੀ ਕਰਨਾ ਸ਼ੁਰੂ ਕੀਤਾ ਤੇ ਬੇਟਾ ਪੂਰੇ ਜਿਹੜੀਆਂ ਤਨਖਾਹਾਂ ਨੇ ਇੱਕ ਤਰ੍ਹਾਂ ਇਹਨੇ ਬੇਟਾ ਕੈਸ਼ ਦੇਣੀਆਂ ਸ਼ੁਰੂ ਕੀਤੀਆਂ। ਬੇਸ਼ਕ ਐਕਚੁਅਲੀ ਕੈਸ਼ ਦਾ ਸਿਸਟਮ ਅਲਾਉਦੀਨ ਤੋਂ ਸ਼ੁਰੂ ਹੋਇਆ, ਪਰ ਬੇਟਾ ਪੂਰੇ ਵੀ ਇਹਨੇ ਆਰਮੀ ਦੇ ਵਿੱਚ ਬੇਟਾ ਰਿਫੋਰਮਸ ਕਰਨੇ ਸ਼ੁਰੂ ਕੀਤੇ ਤੇ ਨਾਲ ਦੀ ਨਾਲ ਫਿਰ ਬੇਟਾ ਫੋਰ ਆ ਸਿਕਿਉਰਿਟੀ ਪਰਪਸ, ਕਿਉਂਕਿ ਬੇਟਾ ਮੰਗੋਲ ਹੈ। ਹੁਣ ਬੇਟਾ ਜਿਹੜੇ ਮੰਗੋਲ ਨੇ, ਮੰਗੋਲਾਂ ਦੇ ਹਮਲਿਆਂ ਦਾ ਬੇਟਾ ਲਗਾਤਾਰ ਖਤਰਾ ਬਣਿਆ ਹੋਇਆ ਸੀ, ਤਾਂ ਬੇਟਾ ਇਸਨੇ ਜਿਹੜੇ ਸਰਹੱਦੀ ਇਲਾਕੇ ਨੇ ਜਿਵੇਂ ਸਮਾਣਾ ਹੋ ਗਿਆ, ਫਿਰ ਬੇਟਾ ਸਨਾਮ ਹੋ ਗਿਆ, ਠੀਕ ਹੈ ਜੀ, ਮੁਲਤਾਨ ਹੋ ਗਿਆ, ਤਾਂ ਇਹਨਾਂ ਸਾਰੇ ਥਾਵਾਂ ਦੇ ਉੱਤੇ ਬੇਟਾ ਇਸਨੇ ਜਿਹੜੇ ਨਵੇਂ ਤੇ ਪਾਵਰਫੁੱਲ ਕਿਲੇ ਬਣਾਏ ਨੇ, ਪੁਰਾਣੇ ਕਿਲਿਆਂ ਦੀ ਰਿਪੇਅਰ ਕਰਵਾਈ ਹੈ। ਫਿਰ ਉਸ ਤੋਂ ਬਾਅਦ ਬੇਟਾ ਇਹਦੇ ਸਮੇਂ ਦੀ ਇੱਕ ਜਿਹੜੀ ਇੱਕ ਹੋਰ ਇੰਪੋਰਟੈਂਟ ਇੰਸੀਡੈਂਸ ਹੈ ਬੇਟਾ, ਹੁਣ ਬੇਟਾ ਬੰਗਾਲ ਦੇ ਵਿੱਚ ਬੇਟਾ ਵਿਦਰੋਹ ਹੋਇਆ, ਤੁਗਰੀਲ ਖਾਨ ਨੇ ਕੀਤਾ। ਇਹ ਗੱਲ ਯਾਦ ਰੱਖੋ, ਕਿਸਨੇ ਵਿਦਰੋਹ ਕੀਤਾ ਸੀ ਬੇਟਾ ਬੰਗਾਲ ਦੇ ਵਿੱਚ? ਤੁਗਰੀਲ ਖਾਨ ਨੇ ਬੇਟਾ
ਕਿਹਾ ਜਾਂਦਾ ਬੰਗਾਲ ਦੇ ਵਿੱਚ ਵਿਦਰੋਹ ਕਰਤਾ। ਠੀਕ ਹੈ ਜੀ। ਹੁਣ ਬੇਟਾ ਬੰਗਾਲ ਦੇ ਵਿੱਚ ਜਦੋਂ 1285 ਦੇ ਨੇੜੇ ਤੇੜੇ ਬੇਟਾ ਤੁਗਰੀਲ ਖਾਨ ਨੇ ਵਿਰੋਧ ਕੀਤਾ। ਹੁਣ ਤੁਗਰੀ ਖਾਨ ਨੇ ਬੇਟਾ ਵਿਦਰੋਹ ਕਰਕੇ ਆਪਣੇ ਆਪ ਨੂੰ ਇੰਡੀਪੈਂਡੈਂਟ ਕਿੰਗ ਅਨਾਊਂਸ ਕਰਤਾ। ਬਲਬਨ ਨੇ ਬੇਟਾ ਦੋ ਵਾਰ ਉੱਥੇ ਸੈਨਾ ਭੇਜੀ, ਦੋਨੋਂ ਵਾਰ ਸੈਨਾ ਬਲਬਨ ਦੀ ਅਸਫਲ ਹੋ ਗਈ। ਤੀਜੀ ਵਾਰ ਬੇਟਾ ਬਲਬਨ ਆਪ ਗਿਆ। ਕਿਹਾ ਜਾਂਦਾ ਬਲਬਨ ਨੇ ਜਦੋਂ ਉੱਥੇ ਗਿਆ ਨਾ ਬੰਗਾਲ ਦੇ ਵਿੱਚ, ਵੀ ਇੰਨੀ ਕੁ ਬੁਰੀ ਤਰ੍ਹਾਂ ਬੇਟਾ ਇਸਨੇ ਵਿਦਰੋਹ ਨੂੰ ਖਤਮ ਕਰਿਆ ਵੀ ਜਿਹੜੇ ਦੁਸ਼ਮਣ ਨੇ ਬੇਟਾ ਉਹ ਬਲਬਨ ਦਾ ਨਾਂ ਸੁਣ ਕੇ ਕੰਬਣ ਲੱਗ ਗਏ ਸੀਗੇ। ਵੀ ਇੰਨੀ ਬੁਰੀ ਤਰ੍ਹਾਂ ਬੇਟਾ ਇਸਨੇ ਉੱਥੇ ਤਕਰੀਬਨ ਇਹ ਮੰਨ ਸਕਦੇ ਹਾਂ ਬੇਟਾ ਔਰਤਾਂ ਬੱਚਿਆਂ ਤੱਕ ਨੂੰ ਵੀ ਨਹੀਂ ਛੱਡਿਆ ਇਹਨੇ। ਕਹਿੰਦਾ 8 ਸਾਲ ਤੋਂ ਉੱਪਰ ਦੇ ਜਿੰਨੇ ਮੇਲ ਨੇ ਸਾਰਿਆਂ ਦਾ ਮਰਡਰ ਕਰ ਦਿਓ ਤੇ ਉਸ ਤੋਂ ਸਾਰੇ ਛੋਟੇ ਬੱਚੇ ਜਿੰਨੇ ਆ ਉਹਨਾਂ ਨੂੰ ਸਾਰਿਆਂ ਨੂੰ ਗੁਲਾਮ ਬਣਾ ਦਿਓ। ਠੀਕ ਹੈ, ਜਿਵੇਂ ਬੇਟਾ ਪਹਿਲਾਂ ਕੀਤਾ ਸੀ ਇਸਨੇ, ਉਹਨਾਂ ਨੂੰ ਸਾਰਿਆਂ ਨੂੰ ਗੁਲਾਮ ਬਣਾਇਆ। ਫਿਰ ਬੇਟਾ ਔਰਤਾਂ ਨੂੰ ਜਿਹੜਾ ਬੁੱਢਿਆਂ ਨੂੰ ਉਹਨਾਂ ਨੂੰ ਵੀ ਬੇਟਾ ਕੈਦ ਦੇ ਵਿੱਚ ਕੀਤਾ। ਤਾਂ ਮੁੜ ਕੇ ਬੇਟਾ ਅੱਗੇ ਕਦੇ ਵੀ ਵਿਦਰੋਹ ਦੀ ਜਿਹੜੀ ਕੋਈ ਕੋਸ਼ਿਸ਼ ਨਹੀਂ ਹੋਈ। ਤਾਂ ਬੇਟਾ ਇਹ ਦੇਖੋ, ਇਹ ਸਾਰਾ ਕੁਛ ਸੀਗਾ ਬਲਬਨ ਦਾ ਟਾਈਮ ਪੀਰੀਅਡ। ਹੁਣ ਬਲਬਨ ਬੇਟਾ 1286 ਦੇ ਵਿੱਚ ਬਲਬਨ ਦੀ ਡੈਥ ਹੋ ਜਾਂਦੀ ਹੈ। ਹੁਣ ਬੇਟਾ ਜਦੋਂ ਬਲਬਨ ਦੀ ਡੈਥ ਹੋਈ, ਉਸ ਤੋਂ ਪਹਿਲਾਂ ਇਹਨੇ ਸੁਲਤਾਨ ਦੇ ਲਈ ਬੇਟਾ ਕਾਫੀ ਜ਼ਿਆਦਾ ਇੰਪੋਰਟੈਂਟ ਜਿਹੜੇ ਕੰਮ ਕਰ ਚੁੱਕਿਆ ਸੀ। ਠੀਕ ਹੈ ਜੀ। ਉਸ ਤੋਂ ਬਾਅਦ ਬੇਟਾ ਜਿਹੜਾ ਬਲਬਨ ਦਾ ਉੱਤਰ ਅਧਿਕਾਰੀ ਹੈ, ਫਿਰ ਬੇਟਾ ਅੱਗੇ ਜਿਹੜਾ ਕਿੰਗ ਕੌਣ ਬਣਿਆ? ਹਾਂਜੀ, ਜਿਹੜਾ ਨੈਕਸਟ ਕਿੰਗ ਹੈ ਕੈਕੂਆਬਾਦ ਬੇਟਾ 1286 ਕਿਤੇ ਕਿਤੇ ਬੇਟਾ 87 ਮਿਲਦਾ। ਠੀਕ ਹੈ ਜੀ। ਤੋਂ ਬੇਟਾ ਇਹ 1290 ਤੱਕ ਦਿੱਲੀ ਸਲਤਨਤ ਦਾ ਸੁਲਤਾਨ ਰਿਹਾ। ਬੇਟਾ ਇਹ ਕੈਕੂਆਬਾਦ ਵੀ ਕੋਈ ਬਹੁਤਾ ਜ਼ਿਆਦਾ ਬੇਟਾ ਇੰਨਾ ਕਹਿ ਵੀ ਬਲਬਨ ਦਾ ਸਕਸੈਸਰ ਹੋਣ ਕਰਕੇ ਬੇਟਾ ਇਸਦਾ ਜਿਹੜਾ ਟਾਈਮ ਪੀਰੀਅਡ ਹੈ ਉਹ ਠੀਕ ਰਿਹਾ। ਤਾਂ ਕੋਈ ਬਹੁਤੇ ਜ਼ਿਆਦਾ ਰਿਵੋਲਟ ਨਹੀਂ ਹੋਏ, ਪਰ ਬੇਟਾ ਇਸ ਦੇ ਟਾਈਮ ਪੀਰੀਅਡ ਦੇ ਵਿੱਚ ਹੀ ਜਿਹੜਾ ਸਲੇਵ ਡਾਇਨੈਸਟੀ ਹੈ ਬੇਟਾ ਇਹ ਖਤਮ ਹੋ ਜਾਂਦੀ ਹੈ। ਠੀਕ ਹੈ ਜੀ। 1290 ਦੇ ਵਿੱਚ ਬੇਟਾ ਜਦ ਇਹਦਾ ਮਰਡਰ ਹੁੰਦਾ, 1290 ਦੇ ਵਿੱਚ ਬੇਟਾ ਇਸਦੇ ਮਰਡਰ ਦੇ ਨਾਲ ਹੀ ਜਿਹੜੀ ਸਲੇਵ ਡਾਇਨੈਸਟੀ ਹੈ ਬੇਟਾ ਉਹ ਖਤਮ ਹੋ ਜਾਂਦੀ ਹੈ। ਠੀਕ ਹੈ। ਤੇ ਅੱਗੇ ਬੇਟਾ ਜਿਹੜੀ ਖਿਲਜੀ ਡਾਇਨੈਸਟੀ ਹੈ, ਅੱਗੇ ਬੇਟਾ ਖਿਲਜੀ ਡਾਇਨੈਸਟੀ ਸ਼ੁਰੂ ਹੁੰਦੀ ਹੈ ਜਿਹੜੀ 1290 ਤੋਂ ਲੈ ਕੇ ਬੇਟਾ 1200 ਆਪਾਂ ਇਹ ਕਹਿੰਦੇ ਹਾਂ, ਹਾਂਜੀ ਤਕਰੀਬਨ ਬੇਟਾ ਇਹ ਜਿਹੜੀ, ਹਾਂਜੀ ਦੇਖੋ ਬੇਟਾ 1290 ਤੋਂ ਪਹਿਲਾਂ ਇਹ ਯਾਦ ਰੱਖਿਓ ਸ਼ੁਰੂ ਹੋਈ ਹੈ। ਹੁਣ 1290 ਦੇ ਵਿੱਚ ਬੇਟਾ ਇਹਨੇ ਸ਼ੁਰੂ ਕਿਹਨੇ ਕੀਤਾ ਬੇਟਾ? ਜਲਾਲੂਦੀਨ ਖਿਲਜੀ ਨੇ। ਹੁਣ ਕੈਕੂਆਬਾਦ ਦਾ ਬੇਟਾ ਕਤਲ ਹੋਇਆ 1290 ਚ, ਕਤਲ ਕਿਹਨੇ ਕੀਤਾ ਬੇਟਾ? ਜਲਾਲੂਦੀਨ ਖਿਲਜੀ ਨੇ। ਇਹ ਗੱਲ ਯਾਦ ਰੱਖਿਓ, ਜਲਾਲੂਦੀਨ ਖਿਲਜੀ ਨੇ ਬੇਟਾ ਕੈਕੂਆਬਾਦ ਦਾ ਕਤਲ ਕਰਕੇ ਬੇਟਾ ਜਿਹੜਾ ਜਲਾਲੂਦੀਨ ਖਿਲਜੀ ਹੈ ਬੇਟਾ ਜਲਾਲੂਦੀਨ ਖਿਲਜੀ ਨੇ ਬੇਟਾ 1290 ਦੇ ਵਿੱਚ ਇਹਦਾ ਮਰਡਰ ਕੀਤਾ। ਤੇ ਮਰਡਰ ਕਰਨ ਦੇ ਨਾਲ ਹੀ ਬੇਟਾ ਇਸਨੇ ਜਿਹੜਾ ਦਿੱਲੀ ਸਲਤਨਤ ਦੇ ਵਿੱਚ ਬੇਟਾ ਸਲੇਵ ਡਾਇਨੈਸਟੀ ਦਾ ਖਾਤਮਾ ਕਰਤਾ ਤੇ ਖਿਲਜੀ ਡਾਇਨੈਸਟੀ ਦੀ ਬੇਟਾ ਜਿਹੜੀ ਸ਼ੁਰੂਆਤ ਕੀਤੀ ਹੈ। ਠੀਕ ਹੈ ਜੀ। ਇਹ ਗੱਲ ਯਾਦ ਰੱਖਿਓ, ਖਿਲਜੀ ਡਾਇਨੈਸਟੀ ਦੀ ਜਿਹੜੀ ਸ਼ੁਰੂਆਤ ਹੈ ਬੇਟਾ ਉਹ ਜਲਾਲੂਦੀਨ ਖਿਲਜੀ ਤੋਂ ਹੋਈ ਹੈ। ਹੁਣ ਖਿਲਜੀ ਡਾਇਨੈਸਟੀ ਦਾ ਬੇਟਾ ਜਿਹੜਾ ਆਪਾਂ ਟਾਈਮ ਪੀਰੀਅਡ ਹੈ ਉਹ 1290 ਤੋਂ ਲੈ ਕੇ ਬੇਟਾ ਜਿਹੜਾ 1320 ਤੱਕ, ਤੁਹਾਨੂੰ ਯਾਦ ਹੋਊਗਾ ਮੈਂ ਪਿੱਛੇ ਕਰਾਇਆ ਸੀ। ਠੀਕ ਹੈ। ਤਕਰੀਬਨ ਬੇਟਾ 30 ਸਾਲ। ਹੁਣ ਜਿਹੜਾ ਆ ਜਲਾਲੂਦੀਨ ਖਿਲਜੀ ਹੈ ਬੇਟਾ, ਜਲਾਲੂਦੀਨ ਖਿਲਜੀ 1290 ਤੋਂ ਲੈ ਕੇ ਬੇਟਾ 1296 ਤੱਕ ਦਿੱਲੀ ਸਲਤਨਤ ਦਾ ਸੁਲਤਾਨ ਰਿਹਾ।
ਇਸਨੇ ਬੇਟਾ ਕੈ ਕੁਆ ਬਾਦ ਦਾ ਮਰਡਰ ਕੀਤਾ ਤੇ 1296 ਦੇ ਵਿੱਚ ਬੇਟਾ ਇਸਨੇ ਹਾਂਜੀ ਬੇਟਾ 1296 ਦੇ ਵਿੱਚ ਜਿਹੜਾ ਇਸਨੇ ਕਿਹਾ ਜਾਂਦਾ ਬੇਟਾ 1296 ਤੱਕ ਇਹਦਾ ਰਾਜ ਸੀ ਬੇਟਾ। ਹੁਣ ਜਿਹੜਾ ਇਹ ਹੈ ਹੁਣ ਜਲਾਲੂਦੀਨ ਜਿਹੜਾ ਖਿਲਜੀ ਹੈ ਬੇਟਾ ਇਹ ਇੱਕ ਨਰਮ ਸੁਭਾਅ ਦਾ ਮਾਲਕ ਸੀ ਤਾਂ ਇਸਦੇ ਸਮੇਂ ਦੇ ਵਿੱਚ ਬੇਟਾ ਰਿਵੋਲਟ ਕਾਫੀ ਹੋਏ ਨੇ। ਇਹ ਆਮ ਤੌਰ ਤੇ ਬੇਟਾ ਜਿਹੜੇ ਬਗਾਵਤ ਕਰਨ ਵਾਲੇ ਨੇ ਬੇਟਾ ਉਹਨਾਂ ਨੂੰ ਜਿਹੜਾ ਮਾਫ ਕਰ ਦਿੰਦਾ ਸੀ ਤਾਂ ਇਹਦਾ ਫਿਰ ਬੇਟਾ ਇਹਦੇ ਸਮੇਂ ਦੇ ਵਿੱਚ ਜਿਹੜਾ ਅਲਾਉਦੀਨ ਖਿਲਜੀ ਬੇਟਾ ਉਹ ਦੇਵਗਿਰੀ ਬੇਟਾ ਅਲਾਉਦੀਨ ਖਿਲਜੀ ਹੈ ਜਿਹੜਾ ਕਹਿੰਦਾ ਉਹਨੇ 1296 ਦੇ ਵਿੱਚ ਬੇਟਾ ਦੇਵਗਿਰੀ ਜਿੱਤੀ ਤੇ ਦੇਵਗਿਰੀ ਜਿੱਤ ਤੋਂ ਬਾਅਦ ਬੇਟਾ ਉਸਨੇ ਇਸਦਾ ਮਰਡਰ ਕਰਤਾ। ਜਦੋਂ 1296 ਦੇ ਵਿੱਚ ਬੇਟਾ ਅਲਾਉਦੀਨ ਖਿਲਜੀ ਜਿਹੜਾ ਬੇਟਾ ਦੇਖੋ ਸੇਮ ਟਾਈਮ ਇਸਦਾ ਜਮਾਈ ਵੀ ਹੈ ਤੇ ਬੇਟਾ ਇਹਦਾ ਭਤੀਜਾ ਵੀ ਹੈ। ਕਿਹਦਾ? ਜਲਾਲੂਦੀਨ ਫਿਰੋਜ ਖਿਲਜੀ। ਪੂਰਾ ਨਾਮ ਹੈ ਬੇਟਾ ਜਲਾਲੂਦੀਨ ਫਿਰੋਜ ਖਿਲਜੀ, ਠੀਕ ਹੈ। ਜਲਾਲੂਦੀਨ ਫਿਰੋਜ ਖਿਲਜੀ ਵਾਜ ਦਾ ਫਾਊਂਡਰ ਆਫ ਖਿਲਜੀ ਡਾਇਨੈਸਟੀ ਇਨ ਦਿੱਲੀ ਸਲਤਨਤ। ਇਹ ਗੱਲ ਯਾਦ ਰੱਖਣੀ ਹੈ ਬੇਟਾ। ਕਿਤੋਂ ਫਿਰ ਬੇਟਾ ਇਹ ਇਹਨੇ ਜਦੋਂ 1296 ਦੇ ਵਿੱਚ ਬੇਟਾ ਦੇਵਗਿਰੀ ਜਿੱਤੀ, ਦੇਵਗਿਰੀ ਜਿੱਤਦੇ ਸਾਰ ਇਹ ਆਇਆ ਤਾਂ ਇਹਨੇ ਬੇਟਾ ਫਿਰੋਜ ਖਿਲਜੀ ਦਾ ਜਿਹੜਾ ਜਲਾਲੂਦੀਨ ਫਿਰੋਜ ਖਿਲਜੀ ਹੈ ਬੇਟਾ ਉਸਦਾ ਮਰਡਰ ਕੀਤਾ ਤੇ 1296 ਤੋਂ ਬੇਟਾ ਅੱਗੇ ਜਿਹੜਾ ਅਲਾਉਦੀਨ ਖਿਲਜੀ ਦਾ ਟਾਈਮ ਪੀਰੀਅਡ ਹੈ 1296 ਤੋਂ ਤਕਰੀਬਨ 1316 ਤੱਕ ਆ 20 ਸਾਲ। ਤਾਂ ਬੇਟਾ ਇਹਦੇ ਜਿਹੜੇ ਆ 20 ਸਾਲ ਨੇ ਬੜੇ ਹੀ ਇੰਪੋਰਟੈਂਟ ਨੇ ਬੇਟਾ। ਹੁਣ ਇਹ ਜਿਹੜਾ ਆਪਾਂ ਅਲਾਉਦੀਨ ਖਿਲਜੀ ਨੂੰ ਪੜਾਂਗੇ ਨੈਕਸਟ ਕਲਾਸ ਦੇ ਵਿੱਚ। ਤਾਂ ਬੇਟਾ ਦੇਖੋ ਜਿਹੜਾ ਦਿੱਲੀ ਸਲਤਨਤ ਹੈ ਨਾ, ਹੁਣ ਤੁਸੀਂ ਦੇਖੋ ਅੱਜ ਦੀ ਕਲਾਸ ਦੇ ਵਿੱਚ ਬੇਟਾ ਆਪਾਂ ਸਲੇਵ ਡਾਇਨੈਸਟੀ ਕੰਪਲੀਟ ਕਰ ਲਈ ਤੇ ਖਿਲਜੀ ਡਾਇਨੈਸਟੀ ਬੇਟਾ ਆਪਾਂ ਸ਼ੁਰੂ ਕਰ ਚੁੱਕੇ ਹਾਂ ਤੇ ਖਿਲਜੀ ਡਾਇਨੈਸਟੀ ਦੇ ਵਿੱਚ ਬੇਟਾ ਜਿਹੜਾ ਆਪਾਂ ਕੀ ਸ਼ੁਰੂ ਕੀਤਾ ਤੇ ਖਿਲਜੀ ਡਾਇਨੈਸਟੀ ਦੇ ਵਿੱਚ ਬੇਟਾ ਆਪਾਂ ਸ਼ੁਰੂ ਕਰ ਚੁੱਕੇ ਹਾਂ ਜਿਹੜਾ ਅੱਜ ਬੇਟਾ ਜਲਾਲੂਦੀਨ ਖਿਲਜੀ ਦੀ ਡੈਥ ਤੋਂ ਬਾਅਦ ਅਲਾਉਦੀਨ ਖਿਲਜੀ। ਦੇਖੋ ਬੇਟਾ ਇਸੇ ਤਰ੍ਹਾਂ ਦੀ ਜਿਹੜੀ ਪ੍ਰੈਪਰੇਸ਼ਨ ਹੈ ਨਾ, ਇਹ ਵਧੀਆ ਪ੍ਰੈਪਰੇਸ਼ਨ ਦੇ ਲਈ ਜਿਹੜਾ ਸਾਡਾ ਪਲੈਟਫਾਰਮ ਹੈ ਬੇਟਾ ਬੰਸਲ ਅਕੈਡਮੀ, ਤਾਂ ਇਹਦੇ ਨਾਲ ਬੇਟਾ ਜੁੜਨਾ ਬਹੁਤ ਜ਼ਰੂਰੀ ਆ। ਤਾਂ ਦੇਖੋ ਤੁਸੀਂ ਜਿਹੜੇ ਸਟੂਡੈਂਟ ਨੇ ਪਹਿਲਾਂ ਪਹਿਲੀ ਦਿੱਲੀ ਸਲਤਨਤ ਦੀ ਪਹਿਲੀ ਕਲਾਸ ਨਹੀਂ ਲਈ ਬੇਟਾ, ਇੱਕ ਤਾਂ ਉਹ ਜ਼ਰੂਰ ਦੇਖੋ, ਉਹ ਤੋਂ ਬਾਅਦ ਸੈਕਿੰਡ ਫਿਰ ਤੁਸੀਂ ਦੇਖੋਗੇ ਕਿ ਆਪਣੀ ਜਿਹੜੀ ਕਲਾਸ ਆਪਾਂ ਬੇਟਾ ਉਹਦੇ ਵਿੱਚ ਤਿਆਰੀ ਕਿਵੇਂ ਕਰ ਰਹੇ ਹਾਂ। ਤਾਂ ਬੇਟਾ ਬੰਸਲ ਅਕੈਡਮੀ ਇਹ ਇੱਕ ਬੈਸਟ ਪਲੇਟਫਾਰਮ ਹੈ ਬੇਟਾ ਤੁਹਾਡੇ ਲਈ, ਜਿੱਥੇ ਆਪਾਂ ਤੁਹਾਨੂੰ ਹਰ ਇੱਕ ਵੇ ਤੋਂ ਬੇਟਾ ਜਿਹੜੀ ਤਿਆਰੀ ਕਰਵਾਵਾਂਗੇ। ਉਮੀਦ ਹੈ ਬੇਟਾ ਜਿਹੜੀ ਤੁਹਾਨੂੰ ਆਪਣੀ ਦਿੱਲੀ ਸਲਤਨਤ ਵਾਲੀ ਬੇਟਾ ਜਿਹੜੀ ਸੀਰੀਜ਼ ਹੈ, ਇੱਕ ਤਰ੍ਹਾਂ ਦੀ ਆਪਾਂ ਸੀਰੀਜ਼ ਸ਼ੁਰੂ ਕਰੀਏ ਬੇਟਾ, ਘੱਟੋ ਘੱਟ ਇਹ 4-5 ਕਲਾਸਿਸ ਦੇ ਵਿੱਚ ਕਵਰ ਹੋਊਗੀ ਬੇਟਾ। ਇਹ ਟੌਪਿਕ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਅਤੇ ਤੁਹਾਨੂੰ ਬੇਟਾ ਵਧੀਆ ਵੀ ਲੱਗ ਰਿਹਾ ਹੋਊਗਾ। ਤਾਂ ਬੇਟਾ ਇਸੇ ਤਰ੍ਹਾਂ ਦੀ ਵਧੀਆ ਤਿਆਰੀ ਦੇ ਲਈ ਸਾਡੇ ਨਾਲ ਜੁੜੋ, ਬੰਸਲ ਅਕੈਡਮੀ ਪਟਿਆਲਾ। ਓਕੇ ਸਟੂਡੈਂਟਸ, ਟੇਕ ਕੇਅਰ, ਹੈਵ ਅ ਨਾਈਸ ਡੇ ਐਂਡ ਗੋਡ ਬਲੈਸ ਯੂ।